ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅੱਜ ਦਾ ਸਾਡਾ ਵਿਸ਼ਾ ਸਾਇੰਸ ਐਂਡ ਇਨਵਾਇਰਮੈਂਟ ਇਨ ਗੁਰਬਾਣੀ ਇਨ ਗੁਰੂ ਗ੍ਰੰਥ ਸਾਹਿਬ। ਇਸ ਲਈ ਇਸ ਵਿਸ਼ੇ ਨੂੰ ਅੱਜ ਆਪ ਜੀ ਦੇ ਸਾਹਮਣੇ ਡਾਕਟਰ ਤ੍ਰਿਲੋਚਨ ਸਿੰਘ ਮਹਾਜਨ ਜੀ, ਜਿਹੜੇ ਪਟਿਆਲਾ ਵਿੱਚ ਖਾਲਸਾ ਕਾਲਜ ਓਫੀਸ਼ੀਏਟਿੰਗ ਪ੍ਰਿੰਸੀਪਲ ਨੇ, ਇਹਨਾਂ ਨੇ ਇਸ ਵਿਸ਼ੇ 'ਤੇ ਦੋ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ। ਇੱਕ ਜਿਹੜੀ ਗੁਰਬਾਣੀ ਵਿੱਚ ਮੌਜੂਦਾ ਅਤੇ ਭਵਿੱਖਤ ਵਿਗਿਆਨ। ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਕੁਝ ਕਿਤਾਬਾਂ ਇੱਥੇ ਜ਼ਰੂਰ ਲਿਆਉਣ, ਅਸੀਂ ਬਾਹਰ ਸਟਾਲ 'ਤੇ ਰੱਖੀਆਂ ਨੇ, ਉਹ ਟੀ ਟਾਈਮ ਵੇਲੇ ਜਿਹੜਾ ਵੀ ਆਪ ਵਿੱਚੋਂ ਕੋਈ ਖਰੀਦਣਾ ਚਾਹੇ ਖਰੀਦ ਲਏ। ਡਾਕਟਰ ਸਾਹਿਬ ਨੇ ਕਾਫੀ ਕੁਛ ਲਿਖਿਆ ਇਸ ਵਿਸ਼ੇ 'ਤੇ, ਔਰ ਇਹਨਾਂ ਨੂੰ ਇੱਕ ਕਿਤਾਬ ਜਿਹੜੀ ਗੁਰਬਾਣੀ ਐਂਡ ਸਾਇੰਸ ਹੈ, ਇਸ ਦੇ ਲਈ ਇਹਨਾਂ ਨੂੰ ਲੈਂਗੁਏਜ ਡਿਪਾਰਟਮੈਂਟ ਆਫ ਪੰਜਾਬ ਤੋਂ ਬੈਸਟ ਬੁੱਕ ਦਾ ਅਵਾਰਡ ਮਿਲਿਆ ਹੋਇਆ। ਔਰ ਇੱਕ ਕਿਤਾਬ ਹੋਰ ਹੈ ਜਿਹੜੀ ਸਾਇੰਸ ਦੇ ਉੱਤੇ ਹੀ ਹੈ, ਗੁਰਬਾਣੀ ਦੇ ਆਧਾਰਿਤ, ਉਹ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਨੂੰ ਇਸ ਗੱਲ ਲਈ ਓਨਰ ਕੀਤਾ ਗਿਆ, ਔਰ 21,000 ਰੁਪਏ ਦਾ ਨਾਲ ਪ੍ਰਾਈਜ਼ ਵੀ ਕੈਸ਼ ਪ੍ਰਾਈਜ਼ ਦਿੱਤਾ। ਉਸ ਤੋਂ ਬਾਅਦ ਵੀ ਇਹ ਸਾਇੰਸ ਵਿੱਚ ਪਲਾਂਟਸ ਐਨਹਾਂਸਮੈਂਟਸ ਦਾ ਪ੍ਰੋਜੈਕਟ, ਇਹਨਾਂ ਨੇ UGC ਦਾ ਜਿਹੜਾ ਪ੍ਰੋਜੈਕਟ ਸੀ ਇਹ ਉਸਨੂੰ ਕੰਪਲੀਟ ਵੀ ਕੀਤਾ। ਮੇਰਾ ਦੱਸਣ ਦਾ ਭਾਵ ਸਿਰਫ ਇੰਨਾ ਕਿ ਇਹਨਾਂ ਨੇ ਇਸ ਵਿਸ਼ੇ 'ਤੇ ਬਹੁਤ ਕੁਛ ਕੀਤਾ, ਔਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਉਹਨਾਂ ਸੱਜਣਾਂ ਨੂੰ ਹੀ ਇੱਥੇ ਲਿਆਵਾਂ ਜਿਨ੍ਹਾਂ ਨੇ ਜਿਸ ਸਬਜੈਕਟ ਦੇ ਉੱਤੇ ਕੋਈ ਸਪੈਸ਼ਲਿਟੀ ਕੀਤੀ ਹੋਵੇ। ਅਤੇ ਡਾਕਟਰ ਮਹਾਜਨ ਜੀ ਨੇ ਸਾਇੰਸ ਔਰ ਇਨਵਾਇਰਮੈਂਟ ਦੀ ਜਿਹੜੀ ਗੱਲ ਹੈ ਗੁਰਬਾਣੀ ਵਿੱਚ, ਉਸ 'ਤੇ ਬਹੁਤ ਕੰਮ ਕੀਤਾ ਹੋਇਆ, ਬੜੀਆਂ ਕਿਤਾਬਾਂ ਲਿਖੀਆਂ ਨੇ। ਅਸੀਂ ਵੈਸੇ ਤਾਂ ਹੁਣ ਤੱਕ ਜਿੰਨੇ ਕੋ ਇਹ ਕਲਾਸਿਸ ਦੇ ਵਿੱਚ ਇਹ ਵਾਲਾ ਸਬਜੈਕਟ ਲਿਆ, ਅਸੀਂ ਇੱਕ 45 ਜਾਂ 50 ਮਿੰਟ ਵਿੱਚ ਹੀ ਉਹ ਕਰ ਲੈਂਦੇ ਹਾਂ ਇੱਕ ਲੈਕਚਰ ਵਿੱਚ। ਪਰ ਡਾਕਟਰ ਸਾਹਿਬ ਨੇ ਮੈਨੂੰ ਫੋਨ 'ਤੇ ਦੱਸਿਆ ਕਿ ਜੇ ਇਨਵਾਇਰਮੈਂਟ ਵੀ ਨਾਲ ਰੱਖਣਾ ਤਾਂ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਚਾਹੀਦਾ। ਤਾਂ ਅਸੀਂ ਜਿਹੜੀ ਸਾਇੰਸ ਦੀ ਗੱਲ ਹੈ, ਸਾਇੰਸ ਇਨ ਗੁਰੂ ਗ੍ਰੰਥ ਸਾਹਿਬ, ਪਹਿਲੇ ਅਸੀਂ ਉਹ ਕਰਾਂਗੇ 45-50 ਮਿੰਟ, ਫਿਰ ਟੀ ਬ੍ਰੇਕ, ਔਰ ਉਸ ਤੋਂ ਬਾਅਦ ਫਿਰ ਇਨਵਾਇਰਮੈਂਟ ਇਨ ਗੁਰੂ ਗ੍ਰੰਥ ਸਾਹਿਬ, ਅਸੀਂ ਉਸ ਦੀ ਗੱਲ ਕਰਾਂਗੇ। ਤਾਂ ਮੈਂ ਜਿਹੜੀ ਇਹ ਅੱਜ ਦਾ ਵਿਸ਼ਾ ਹੈ ਉਸ ਵਿੱਚ ਸਿਰਫ ਇੰਨੀਆਂ ਹੀ ਬੇਨਤੀਆਂ ਕਰਨੀਆਂ ਨੇ ਕਿ ਮੈਂ ਥੋੜ੍ਹੇ ਦਿਨ ਹੋਇਆ ਮੈਂ ਪੜ੍ਹ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਿ ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਆਕਾਸਾ ਆਗਾਸ ਓੜਕ ਓੜਕ ਬਾਲ ਥੱਕੇ। ਤੋ ਅਜੇ ਤੱਕ ਜਿਹੜੀ ਉਹ ਬਾਲ ਹੈ ਉਹ ਅੱਜ ਦੀ ਜਿਹੜੀ ਸਾਇੰਸ ਹੈ 21ਵੀਂ ਸੈਂਚਰੀ ਦੀ, ਉਹ ਵੀ ਅਜੇ ਕਰ ਰਹੀ ਹੈ। ਔਰ ਹੁਣੇ ਹੁਣੇ ਦੋ ਗ੍ਰਹਿ ਉਹਨਾਂ ਨੂੰ ਮਿਲੇ ਨੇ, ਕੈਪਲਰ 22b ਔਰ ਕੈਪਲਰ 20b, ਜਿੱਥੇ ਹੁਣ ਤੁਸੀਂ TV 'ਚ ਦੇਖਿਆ ਹੋਣਾ, ਬੜਾ ਨਿਊਜ਼ ਦੇ ਵਿੱਚ ਜਿਹੜੀ ਬ੍ਰੇਕਿੰਗ ਨਿਊਜ਼ ਸੀ ਕਿ ਉੱਥੇ ਸ਼ਾਇਦ ਜੀਵਨ ਮਿਲ ਜਾਏਗਾ। ਔਰ ਇਹ ਜਿਹੜੀਆਂ ਧਰਤੀਆਂ ਨੇ, ਦੋ ਗ੍ਰਹਿ ਨੇ, ਇਹ ਕਿਸੇ ਹੋਰ ਤਾਰੇ ਦੇ ਇਰਦ ਗਿਰਦ ਘੁੰਮ ਰਹੀਆਂ ਨੇ। ਇੱਕ ਸ਼ਾਇਦ ਹੈ ਜਿਹੜੀ 20 ਦਿਨ ਵਿੱਚ ਇੱਕ ਚੱਕਰ ਕੱਢਦੀ ਹੈ, ਔਰ ਇੱਕ ਮੇਰਾ ਖਿਆਲ 7-8 ਦਿਨ ਦੇ ਵਿੱਚ ਹੈ। ਤਾਂ ਵਿਗਿਆਨਕ ਇਹ ਸੋਚ ਰਹੇ ਨੇ ਕਿ ਸ਼ਾਇਦ ਉੱਥੇ ਪਾਣੀ ਮਿਲ ਜਾਏ, ਔਰ ਸ਼ਾਇਦ ਉਹ ਉੱਥੇ ਜੋ ਹੈ ਜੀਵਨ ਮਿਲ ਜਾਏਗਾ।
ਤੋ ਵਿਗਿਆਨ ਨੇ ਜੋ ਕੁਦਰਤ ਦੇ ਭੇਦ ਦਿੱਤੇ ਨੇ, ਉਹਨਾਂ ਵਿੱਚੋਂ ਕੁਝ ਭੇਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਨੇ। ਔਰ ਗੁਰੂ ਨਾਨਕ ਨੇ 500 ਸਾਲ ਪਹਿਲੇ ਗੁਰਬਾਣੀ ਵਿੱਚ ਸਾਨੂੰ ਦੱਸ ਦਿੱਤਾ ਸੀ ਕਿ ਇਹ ਬ੍ਰਹਿਮੰਡ ਵਿੱਚ ਲੱਖਾਂ ਧਰਤੀਆਂ ਨੇ, ਆਕਾਸ਼ ਨੇ। ਔਰ ਗੁਰਬਾਣੀ ਵਿੱਚ ਜ਼ਿਕਰ ਵੀ ਹੈ ਕਿ ਚੰਦਰਮਾ ਦੀ, ਮਤਲਬ ਤੁਸੀਂ ਆਮ ਪੜ੍ਹਦੇ ਹੋਵੋਗੇ ਜਦੋਂ, ਕਿ ਚੰਦਰਮਾ ਦੀ ਜਿਹੜੀ ਰੋਸ਼ਨੀ ਹੈ ਇਹ ਚੰਦਰਮਾ ਦੀ ਨਹੀਂ ਹੈ, ਇਹ ਕਿਸੇ ਤੋਂ ਆਈ ਹੈ, ਅਤੇ ਉਹ ਸੂਰਜ ਦੀ ਰੋਸ਼ਨੀ ਹੈ। ਉਸ ਤੋਂ ਬਾਅਦ 17ਵੀਂ ਸ਼ਤਾਬਦੀ ਵਿੱਚ ਇਹ ਜਿਹੜਾ ਸਾਇੰਟਿਸਟ ਹੋਇਆ ਗਲੇਲੀਓ, ਇਸ ਨੇ ਇਹ ਪ੍ਰੂਵ ਕੀਤਾ ਕਿ ਇਹ ਜਿਹੜੀ ਚੰਦ ਦੀ ਜਿਹੜੀ ਰੋਸ਼ਨੀ ਹੈ ਇਹ ਵਾਇਆ ਸੂਰਜ ਆਉਂਦੀ ਹੈ। ਇਹ ਗੁਰੂ ਨਾਨਕ ਨੇ 500 ਸਾਲ ਪਹਿਲੇ ਕਹੀ ਹੈ ਗੱਲ। ਤੋ ਇਹ ਜਿਹੜੀ ਐਵਨ ਮਾਰੂ ਸੋਲੇ ਸੋਲੇ ਜੇ ਮਹੱਲਾ ਪਹਿਲੇ ਦੇ ਵਿੱਚ, 15ਵੇਂ ਸੋਲੇ ਦੇ ਵਿੱਚ ਜਿਹੜੀ ਇਹ ਧਰਤੀ ਦੀ ਕਿਵੇਂ ਉਤਪਤੀ ਹੋਈ, ਉਸ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਕੀਤੀ ਹੈ। ਔਰ ਇੱਕ ਗੱਲ ਜਿਹੜੀ ਬੜੀ ਸਮਝਣ ਵਾਲੀ ਹੈ ਕਿ ਜਿਹੜਾ ਮਨੁੱਖ ਹੈ ਇਹ ਜਗਿਆਸੂ, ਇਹਦਾ ਪੈਦਾਇਸ਼ੀ ਸੁਭਾਅ ਹੈ ਕਿ ਜਗਿਆਸੂ ਹੈ, ਨਵੀਆਂ ਨਵੀਆਂ ਚੀਜ਼ਾਂ ਜਾਣਨ ਦਾ, ਕੁਦਰਤੀ ਇਹਦੇ ਅੰਦਰ ਜਿਹੜੇ ਨੇ ਉਹ ਖਿਆਲ ਆਉਂਦੇ ਨੇ। ਔਰ ਪੱਥਰ ਯੁੱਗ ਤੋਂ ਲੈ ਕੇ ਹੁਣ ਤੱਕ 21ਵੀਂ ਸੈਂਚਰੀ ਵਿੱਚ ਇਸ ਬ੍ਰਹਿਮੰਡ ਨੂੰ ਸਮਝਣ ਲਈ, ਇਸ ਕੋਸਮਸ ਨੂੰ, ਇਸ ਯੂਨੀਵਰਸ ਨੂੰ ਸਮਝਣ ਲਈ ਜੋ ਹੈ ਬੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਔਰ ਅੱਜ ਅਸੀਂ ਉਸ ਦੀ ਰੋਸ਼ਨੀ ਵਿੱਚ, ਗੁਰਬਾਣੀ ਦੀ ਰੋਸ਼ਨੀ ਵਿੱਚ, ਅਸੀਂ ਜਿਹੜੇ ਆਉਣ ਵਾਲੇ ਵਿਗਿਆਨ ਦੀ ਜਾਣਕਾਰੀ ਜਿਹੜੀ ਹੈ ਉਹਦੇ ਬਾਰੇ ਵਿਚਾਰ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਿਗਿਆਨਕ ਪੱਖ ਤੋਂ ਜਿਹੜੀਆਂ ਗੱਲਾਂ ਦੱਸੀਆਂ ਗਈਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਕਿਵੇਂ ਔਰ ਕਿਸ ਤਰ੍ਹਾਂ ਨੇ। ਮੈਂ ਡਾਕਟਰ ਤ੍ਰਿਲੋਚਨ ਸਿੰਘ ਜੀ ਮਹਾਜਨ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਉਣ ਜੀ। ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਯੁੱਗ ਜਿਵੇਂ ਸਾਇੰਸ ਅਤੇ ਟੈਕਨੋਲੋਜੀ ਦਾ ਯੁੱਗ ਹੈ, ਦੌੜ ਲੱਗੀ ਹੁੰਦੀ ਹੈ ਪਦਾਰਥ ਦੀ ਅਤੇ ਉਸਨੂੰ ਇਕੱਠਾ ਕਰਨ ਦੀ, ਪਰ ਹਿੰਦੁਸਤਾਨ ਦੀ ਧਰਤੀ ਪੀਰਾਂ ਪੈਗੰਬਰਾਂ ਦੀ ਧਰਤੀ ਰਹੀ ਹੈ, ਜਿੱਥੇ ਪਦਾਰਥ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਰਹੀ, ਆਤਮਾ ਦੀ ਖੋਜ ਜ਼ਿਆਦਾ ਕੀਤੀ ਜਾਂਦੀ ਰਹੀ, ਕਿਉਂਕਿ ਮੇਰਾ ਵਿਸ਼ਾ ਹੈ ਕਿ ਸਾਇੰਸ ਵਿਗਿਆਨ ਬਾਰੇ। ਕਈ ਵਾਰੀ ਅਸੀਂ ਜਗਿਆਸੂ ਹੋ ਜਾਂਦੇ ਹਾਂ ਕਿ ਸਮਝ ਸਕੀਏ ਕਿ ਇਹ ਸਾਰਾ ਵਰਤਾਰਾ ਹੈ ਕਿ, ਔਰ ਕਈ ਪੜ੍ਹੇ ਲਿਖੇ ਨੌਜਵਾਨ ਯੂਨੀਵਰਸਿਟੀਆਂ ਵਿੱਚ ਪੜ੍ਹਨ ਤੋਂ ਬਾਅਦ, ਕਾਲਜਾਂ 'ਚ ਪੜ੍ਹਨ ਤੋਂ ਬਾਅਦ ਉਹਨਾਂ ਨੂੰ, ਕਈਆਂ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਧਰਮ ਵਗੈਰਾ ਐਵੇਂ ਹੈ, ਚਕਾ ਚੌਂਦ ਹੀ ਸਭ ਕੁਛ ਹੈ, ਇਹ ਜੀਵਨ ਹੀ ਹੈ ਅਤੇ ਉਸ ਤੋਂ ਖਤਮ ਅਤੇ ਫਿਰ ਐਂਡ। ਪਰ ਬੇਸਿਕਲੀ ਸਾਨੂੰ ਕੁਝ ਚੀਜ਼ਾਂ ਸਮਝਣੀਆਂ ਹੋਣਗੀਆਂ। ਵਿਗਿਆਨ ਜੁੜਿਆ ਹੋਇਆ ਦਿਮਾਗ ਨਾਲ, ਹਿਸਾਬ ਕਿਤਾਬ ਨਾਲ, ਅੱਖਰਾਂ ਨਾਲ। ਵਿਗਿਆਨ ਵਿੱਚ ਇਮੋਸ਼ਨਸ ਦਾ ਕੋਈ ਲੈਣ ਦੇਣ ਨਹੀਂ ਹੁੰਦਾ। ਵਿਗਿਆਨ ਹੱਸਦਾ ਨਹੀਂ ਹੁੰਦਾ, ਰੋਂਦਾ ਨਹੀਂ ਹੁੰਦਾ, ਵਿਗਿਆਨ ਸਿਰਫ ਲੈਬੋਰਟਰੀ ਵਿੱਚ ਹੁੰਦਾ, ਸਿਰਫ ਖੋਜਦਾ ਬਸ। ਗੁਰਬਾਣੀ ਕਹਿੰਦੇ ਕਿ ਧੁਰਤੀ ਆਈ ਹੋਈ ਬਾਣੀ ਹੈ, ਜਾਂ ਕੋਈ ਵੀ ਜਿਹੜਾ ਆਰਟ ਹੈ ਜਿਹੜਾ ਰੂਹ ਤੱਕ ਪਹੁੰਚਦਾ, ਆਤਮਾ ਤੱਕ ਪਹੁੰਚਦਾ, ਉਹਦੇ 'ਚ ਦਿਮਾਗ ਨਹੀਂ ਹੁੰਦਾ, ਦਿਮਾਗ ਦੀ ਹਲਚਲ ਨਹੀਂ ਹੁੰਦੀ,
ਇਕਾਗਰਤਾ ਹੁੰਦੀ ਹੈ, ਆਨੰਦ ਹੁੰਦਾ, ਅਜਿਹਾ ਆਨੰਦ ਕਿ ਜਿੱਦਾਂ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪਾਉਂਟਾ ਸਾਹਿਬ ਦੀ ਧਰਤੀ 'ਤੇ ਗਏ ਅਤੇ ਸਮਾਧੀ ਲੱਗੀ, ਭਾਈ ਸ਼ਾਇਦ ਗੁਰਦਾਸ ਜੀ ਨਾਲ ਸੀਗੇ, ਕੁਛ ਉਚਾਰਨਾ ਸ਼ੁਰੂ ਕੀਤਾ, ਉਸ ਤੋਂ ਬਾਅਦ ਤੂੰ ਹੀ ਸ਼ੁਰੂ ਹੋਇਆ। ਪਤਾ ਨਹੀਂ ਕਿੰਨੇ ਘੰਟੇ ਇਹ ਅਵਸਥਾ ਰਹੀ, ਤਾਂ ਉਹ ਅਵਸਥਾ ਪਰਮਾਤਮਾ ਨਾਲ ਜੁੜੀ ਹੋਈ ਅਵਸਥਾ। ਤਾਂ ਗੁਰਬਾਣੀ ਜਿਹੜੀ ਹੈ ਉਹ ਪਰਮਾਤਮਾ ਨਾਲ ਜੋੜਦੀ ਹੈ, ਆਨੰਦ ਦਿੰਦੀ ਹੈ, ਸਰੂਰ ਦਿੰਦੀ ਹੈ। ਵਿਗਿਆਨ ਇੱਕ ਡਰਾਈਨੈਸ ਹੈ, ਖੁਸ਼ਕ ਹੈ, ਪਦਾਰਥ ਪਾਲਦਾ ਅਤੇ ਪਦਾਰਥ ਨੂੰ ਇਕੱਠਾ ਕਰਦਾ, ਅਤੇ ਇਹਨਾਂ ਦੋਵਾਂ ਦਾ ਮੇਲ ਤਾਂ ਸੰਭਵ ਹੀ ਨਹੀਂ ਹੈ। ਜਿਵੇਂ ਦੋ ਲਾਈਨਾਂ ਹੁੰਦੀਆਂ ਨਾ ਗੱਡੀ ਦੀਆਂ, ਪੈਰਲ ਪੈਰਲ ਜਾਂਦੀਆਂ, ਲੱਗਦਾ ਹੁੰਦਾ ਦੂਰੋਂ ਦੇਖੋ ਸ਼ਾਇਦ ਵੀ ਕਿਤੇ ਮਿਲ ਜਾਂਦੀਆਂ ਹੋਣ, ਮਿਲਦੀਆਂ ਹੈਗੀਆਂ, ਦੂਰੋਂ ਦੇਖਣ ਨਾਲ ਲੱਗਦਾ ਇੱਕ ਭਰਮ ਹੁੰਦਾ ਭੁਲੇਖਾ ਜਿਹਾ ਵੀ ਇਹ ਮਿਲ ਰਹੀਆਂ ਲਾਈਨਾਂ, ਪਰ ਉਹ ਲਾਈਨਾਂ ਕਿਤੇ ਨਹੀਂ ਮਿਲਦੀਆਂ ਹੁੰਦੀਆਂ, ਹੁੰਦੀਆਂ ਪੈਰਲਲ। ਬਿਲਕੁਲ ਇੱਦਾਂ ਹੀ ਗੁਰਬਾਣੀ ਅਤੇ ਵਿਗਿਆਨ, ਪਰ ਵਿਸ਼ੇ ਤਹਿਤ ਅਸੀਂ ਕੁਛ ਗੱਲਾਂ, ਕਿਉਂਕਿ ਜਿਹੜੇ ਸੰਤ ਮਹਾਂਪੁਰਸ਼ ਹੋਏ ਉਹ ਅਚਨਚੇਤ ਜਦੋਂ ਕੁਛ ਵਾਕ ਕੁਛ ਬੋਲ ਬੋਲੇ ਅਤੇ ਉੱਥੋਂ ਹੈਰਾਨੀ ਹੁੰਦੀ ਹੈ ਕਿ ਉਹ ਸਾਡੇ ਵਿਗਿਆਨ ਦੇ ਬੇਸਿਕ ਅਸੂਲਾਂ ਨਾਲ ਕਿਤੇ ਕਿਤੇ ਇਨ ਬਿਨ ਉਵੇਂ ਹੀ ਮੇਲ ਖਾਂਦੇ। ਮੈਂ ਇਹਦੇ 'ਚ ਇਹ ਕੋਸ਼ਿਸ਼ ਨਹੀਂ ਕਰੂੰਗਾ ਕਿ ਇਹ ਦੱਸਣ ਦੀ ਕਿ ਜਾਂ ਇਹ ਮੈਂ ਫੋਰਸੇਬਲੀ ਜਾਂ ਤਰਜੀਹ ਦਊਂਗਾ ਕਿ ਮੈਂ ਦੱਸਾਂ ਕਿ ਗੁਰਬਾਣੀ ਵਿੱਚ ਵਿਗਿਆਨ ਮੌਜੂਦ ਹੈ। ਨਹੀਂ, ਗੁਰਬਾਣੀ ਇੱਕ ਤੁਹਾਨੂੰ ਦੱਸਿਆ ਮੈਂ ਆਨੰਦ ਇੱਕ ਅਵਸਥਾ ਹੈ। ਤਾਂ ਹੁਣ ਅਸੀਂ ਥੋੜ੍ਹਾ ਬਹੁਤ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਜਿੱਥੇ ਕੁਛ ਹੈਰਾਨ ਕਰਨ ਵਾਲੀਆਂ ਗੱਲਾਂ ਸਾਨੂੰ ਨਾ ਮਿਲਦੀਆਂ ਹੈਗੀਆਂ। ਕਹਿੰਦੇ ਕਿ ਲਿਖਣਾ ਚਾਹੀਦਾ ਹੁੰਦਾ, ਪੜ੍ਹਨਾ ਚਾਹੀਦਾ ਹੁੰਦਾ, ਜੇ ਗੁਰੂਆਂ ਤੋਂ ਪੁੱਛੋ ਕੀ ਕਰਨਾ ਚਾਹੀਦਾ ਹੁੰਦਾ। ਉਹਨਾਂ ਨੇ ਸਿਰਫ ਇੱਕ ਗੱਲ ਕਹੀ ਹੋਈ ਹੈ ਕਿ ਸਿਰਫ ਇੱਕ ਗੱਲ ਲਿਖੋ ਕਿ ਅੰਤ ਨਾ ਪਾਰਾਵਾਰ, ਹੋਰ ਕੁਛ ਨਹੀਂ ਲਿਖਣਾ, ਹੋਰ ਕੁਛ ਨਹੀਂ ਬੋਲਣਾ, ਹੋਰ ਕੁਛ ਨਹੀਂ ਕਰਨਾ, ਸਿਰਫ ਇੱਕੋ ਹੀ ਗੱਲ ਕਿ ਲਿਖ ਅੰਤ ਨਾ ਪਾਰਾਵਾਰ। ਔਰ ਇਹ ਬੇਹੱਦ ਇੰਪੋਰਟੈਂਟ ਗੱਲ ਹੈ। ਅੰਤ ਨੇਚਰ ਵੱਲੋਂ, ਕੁਦਰਤ ਵੱਲੋਂ ਕਿਸੇ ਚੀਜ਼ ਦਾ, ਕਹਿੰਦੇ ਕਿ ਦਿਮਾਗ ਜਿਹੜਾ ਹੈ ਇਹ ਕ੍ਰੀਏਟਰ ਦੀ ਕ੍ਰੀਏਸ਼ਨ ਹੈ। ਦਿਮਾਗ ਹਮੇਸ਼ਾ ਸੋਚੇਗਾ ਕੁਛ ਜਿਹਦੀਆਂ ਲਿਮਿਟਸ ਹੋਣਗੀਆਂ। ਜਿਵੇਂ ਤੁਸੀਂ ਸੋਚੋ ਕਿ ਅਸੀਂ ਜਾ ਰਹੇ ਹਾਂ ਕਿਤੇ, ਜਾਂਦੇ 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 ਕਿਤਨਾ ਅਸੀਂ ਸੋਚਾਂਗੇ ਕੁਛ ਆਏਗਾ ਜ਼ਰੂਰ, ਪਰ ਜੇ ਤੁਹਾਨੂੰ ਕੋਈ ਦੱਸੇ ਕਿ ਤੁਸੀਂ ਜਾ ਹੀ ਜਾਓ ਕੁਛ ਨਹੀਂ ਆਏਗਾ, ਐਂਡ ਹੈ ਹੀ ਨਹੀਂ, ਦਿਮਾਗ ਨਹੀਂ ਸੋਚ ਸਕਦਾ, ਦਿਮਾਗ ਇਹ ਗਲਤ ਹੈ ਵੀ ਜਾਂਦੇ 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 ਕੁਛ ਨਾ ਕੁਛ ਤਾਂ ਆਉਣਾ ਚਾਹੀਦਾ ਐਂਡ ਵਿੱਚ। ਪਰ ਨੇਚਰ, ਕੁਦਰਤ ਕੀ ਹੈ, ਬ੍ਰਹਿਮੰਡ ਕੀ ਹੈ, ਜਿਹਦੀ ਕੋਈ ਲਿਮਿਟ ਹੀ ਨਹੀਂ ਹੈ।
ਲਿਮਿਟ ਮੀਨ ਕਿ ਤੁਸੀਂ ਜਾਈ ਜਾਓ ਔਰ ਕੋਈ ਲਿਮਿਟ ਨਹੀਂ, ਐਂਡ ਨਹੀਂ। ਤਾਂ ਇਹ ਗੁਰੂਆਂ ਨੇ ਇਹ ਅੱਜ ਸਾਇੰਸ ਕੀ ਕਹਿ ਰਹੀ ਹੈ, ਆਹ ਮੈਂ ਇੱਕ ਬਲੂ ਲਾਈਨ 'ਚ ਹਾਈਲਾਈਟ ਕੀਤੀ ਹੋਈ ਹੈ ਕਿ ਯੂਨੀਵਰਸ ਇਜ ਇਨਫਾਈਨਾਈਟ ਇਨ ਐਕਸਟੈਂਟ, ਕਿ ਬ੍ਰਹਿਮੰਡ ਅਨੰਤ ਹੈ। ਸਾਇੰਸ ਗੁਰਬਾਣੀ ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾਵਾਰ, ਨੋ ਐਂਡ। ਤਰਾਜੂ ਲੈ ਕੇ ਤੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਕਿ ਅਸੀਂ ਤੋਲ ਸਕੀਏ, ਨਾਪ ਸਕੀਏ, ਜਾਣ ਸਕੀਏ, ਕਿਉਂਕਿ ਮਨੁੱਖ ਦੇ ਮਨੁੱਖ ਦਿਮਾਗ ਹਮੇਸ਼ਾ ਸੋਚਦਾ ਹੈ ਕਿ ਕੀ ਹੈ ਕੀ। ਤਾਂ ਗੁਰਬਾਣੀ 'ਚ ਬਹੁਤ ਸੋਹਣੇ ਸ਼ਬਦ ਹੈ ਇਹ ਕਿ ਕੌਣ ਤਰਾਜੀ ਕੌਣ ਤੋਲਾ, ਤੇਰਾ ਕੌਣ ਸਲਾਹ ਸਟਾਫ ਬੁਲਾਵਾਂ। ਕਿਸ ਕੌਣ ਤੋਲ ਸਕਦਾ ਹੈਗਾ, ਉਹ ਕੌਣ ਨਾਪ ਸਕਦਾ ਹੈਗਾ ਕਿ ਆਈਨਸਟਾਈਨ, ਜਿਹਨੂੰ ਦੁਨੀਆ ਦਾ ਇੱਕ ਮੰਨਿਆ ਪਰਮੰਨਿਆ ਸਾਇੰਸਦਾਨ, ਨੋਬਲ ਪ੍ਰਾਈਜ਼ ਵਿਨਰ। ਵੈਸੇ ਮੈਂ ਇੱਕ ਹੋਰ ਵੀ ਇਹ ਗੱਲ ਹੈ ਕਿ ਨੇਚਰ ਨੇ ਜੋ ਪੈਦਾ ਕਰਨਾ ਸੀ, ਨੇਚਰ ਨੇ ਜੋ ਦੱਸਣਾ ਸੀ, ਉਹ ਕਿਸੇ ਦੇ ਕਿਸੇ ਜ਼ਰੀਏ ਦੱਸਣਾ ਸੀ। ਜੇ ਅੱਜ ਅਸੀਂ ਜਹਾਜ਼ਾਂ 'ਚ ਬੈਠਦੇ ਹਾਂ, ਲੋਹਾ ਬਣਿਆ, ਸੋਨਾ ਬਣਿਆ, ਕਿਵੇਂ? ਕੀ ਸੋਚਦਾ ਕਿ ਬੰਦੇ ਨੇ ਬਣਾਇਆ? ਬੰਦਾ ਕਿਵੇਂ ਬਣਾ ਸਕਦਾ? ਦਿਮਾਗ ਕਿਸ ਦਾ ਦਿੱਤਾ ਹੋਇਆ? ਦਿਮਾਗ ਕ੍ਰੀਏਟਰ ਦੀ ਕ੍ਰੀਏਸ਼ਨ, ਕਿਸੇ ਨੂੰ ਥੋੜ੍ਹਾ ਦਿੱਤਾ, ਕਿਸੇ ਨੂੰ ਜ਼ਿਆਦਾ ਦਿੱਤਾ, ਔਰ ਜਿਹਨੂੰ ਕਿਸੇ ਨੂੰ ਜ਼ਿਆਦਾ ਦਿੱਤਾ ਕਿ ਉਹ ਸੋਚੇ ਕਿ ਇਹ ਉਹਦੀ ਇੰਪੋਰਟੈਂਸ ਹੈ, ਕਿ ਉਹਦੇ ਕਰਕੇ ਹੈ, ਇਹ ਬੜੀ ਵੱਡੀ ਮੂਰਖਤਾ ਹੋਏਗੀ। ਜੇ ਕੋਈ ਕਵੀ ਸੋਚੇ ਕਿ ਮੈਂ ਕਵਿਤਾ ਬਹੁਤ ਸੋਹਣੀ ਲਿਖਦਾ, ਇਹ ਮੂਰਖਤਾ ਹੋਏਗੀ। ਕੋਈ ਤਸਵੀਰ ਬਣਾਉਣ ਵਾਲਾ ਸੋਚੇ ਕਿ ਮੈਂ ਬਹੁਤ ਵੱਡਾ ਆਰਟਿਸਟ ਹਾਂ, ਇਹ ਵੀ ਮੂਰਖਤਾ ਹੋਏਗੀ। ਤੋ ਜੋ ਨੇਚਰ ਨੇ ਦੁਨੀਆ ਨੂੰ ਦਿਖਾਉਣਾ, ਉਹ ਕਿਸੇ ਨਾ ਕਿਸੇ ਦੇ ਥਰੂ ਦਿਖਾਉਣਾ। ਹਾਂ, ਇਹ ਹੈ ਕਿ ਇਹ ਗਿਫਟ ਹੁੰਦਾ ਕਿਸੇ ਬੰਦੇ ਨੂੰ, ਜਿਹਦੇ ਥਰੂ ਦੁਨੀਆ ਨੂੰ ਦੱਸਿਆ ਜਾਂਦਾ। ਤਾਂ ਉਹ ਗਿਫਟ ਸਾਇੰਸ ਦੇ ਵਿੱਚ ਆਈਨਸਟਾਈਨ ਅਤੇ ਹੌਕਿੰਗ, ਇਹ ਸਾਇੰਸਦਾਨ ਰਹੇ ਹੈ ਜਿਹਨਾਂ ਨੂੰ ਕੁਦਰਤ ਨੇ ਗਿਆਨ ਦਿੱਤਾ, ਦਿਮਾਗ ਦਿੱਤਾ, ਅਤੇ ਕਾਫੀ ਕੁਛ ਉਹਨਾਂ ਨੇ ਪਦਾਰਥ ਬਾਰੇ ਦੱਸਿਆ। ਪਰ ਕੀ ਉਹ ਦੱਸ ਸਕੇ ਕਿ ਤੇਰਾ ਯੂਨੀਵਰਸ ਦਾ ਐਂਡ ਕੀ ਹੈ? ਨਹੀਂ, ਉਹਨਾਂ ਤੋਂ ਵੀ ਨਹੀਂ ਪਤਾ ਲੱਗ ਸਕੇ। ਦੇਖੋ ਗੁਰਬਾਣੀ 'ਚ ਕਿੱਥੇ ਲਿਖਿਆ ਵਾ ਕਿ ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਔਰ ਬਹੁਤ ਸੋਹਣਾ ਕਿ ਅੰਤ ਕਾਰਨ ਕਿਤੇ ਬਿੱਲਾ ਇਹ, ਕਹਿੰਦੇ ਮੱਛੀ ਤੜਫਦੀ ਜਦੋਂ ਪਾਣੀ 'ਚ ਬਾਹਰ ਕੱਢੋ ਨਾ, ਕਹਿੰਦੇ ਬੰਦਾ ਵੀ ਇੱਦਾਂ ਤੜਫਦਾ ਲੱਭਣ ਵਾਸਤੇ। ਇਹ ਹੈ ਕਿ ਸਿਸਟਮ। ਫਿਰ ਗੁਰਬਾਣੀ 'ਚ ਕਿਹਾ ਤਾਂ ਕਿ ਅੰਤ ਨਾ ਪਾਏ ਜਾਏ, ਵੀ ਤੜਫੋ ਤੁਸੀਂ ਜਿੰਨਾ ਮਰਜ਼ੀ ਤੜਫ ਲਓ, ਇਹ ਐਂਡ ਨਹੀਂ ਲੱਭ ਸਕਦਾ, ਇਹ ਅੰਤ ਨਾ ਜਾਣਾ ਕੋਈ। ਬਹੁਤਾ ਕਹੀ ਹੈ, ਜਿੱਦਾਂ ਜਿੱਦਾਂ ਲੱਭੀ ਜਾਓਗੇ ਤੁਹਾਨੂੰ ਲੱਗੂਗਾ ਹੋਰ। ਤੁਹਾਨੂੰ ਦੇਖੋ ਗਿਆਨ, PhDਆਂ ਹੋਈ ਜਾਂਦੀਆਂ ਕਿ ਗਿਆਨ ਰੁਕਿਆ ਨਹੀਂ ਰੁਕੂਗਾ, ਜਿੰਨਾ ਹੋਣਾ ਇਸ ਤੋਂ ਹੋਰ ਅਗਾਂਹ ਜਾਂਦਾ ਜਾਊਗਾ। ਕਿਸੇ ਵੀ ਸਬਜੈਕਟ ਦਾ ਲੈ ਲਓ, ਕਿਉਂ? ਕਿਉਂਕਿ ਅੰਤ ਹੀ ਨਹੀਂ ਹੈਗਾ, ਜਿੰਨਾ ਕਹੋਗੇ ਉਹਨਾਂ ਅੱਗੇ ਵੱਧਦਾ ਜਾਊਗਾ। ਕਹਿੰਦੇ ਦਲਦਲ ਹੁੰਦੀ ਜਿਵੇਂ ਪੈਰ ਰੱਖਦਾ ਬੰਦਾ, ਬਾਹਰ ਆਉਣ ਦੀ ਕੋਸ਼ਿਸ਼ ਕਰਦਾ, ਉਹਦੇ ਅੰਦਰ ਹੋਰ ਡੂੰਘਾ ਹੋਰ ਡੂੰਘਾ ਹੋਰ ਡੂੰਘਾ ਜਾਈ ਜਾਂਦਾ, ਫਿਰ ਨਹੀਂ ਨਿਕਲ ਸਕਦਾ ਉਹ। ਇਹੀ ਗਿਆਨ ਦੀ ਅਵਸਥਾ।
ਤਾਂ ਅਸੀਂ ਬੜੇ ਇੱਕ ਛੋਟੇ ਜਿਹੇ ਸਿਸਟਮ ਤੋਂ ਸ਼ੁਰੂ ਕਰ ਰਹੇ ਹਾਂ ਸਮਝਣ ਦੀ ਗੱਲ ਕਿ ਇਹ ਅੰਤ ਦਾ ਜਾਪੇ ਪਾਰਾਵਾਰ ਦਾ ਮਤਲਬ ਕੀ ਹੈ। ਦੇਖੋ ਅਸੀਂ ਸਾਰਿਆਂ ਨੇ ਪੜ੍ਹਿਆ ਹੋਇਆ ਕਿ ਇੱਕ ਸੋਲਰ ਸਿਸਟਮ, ਸੂਰਜ ਅਤੇ ਉਹਦੇ ਕੁਛ ਗ੍ਰਹਿ, ਜਿਵੇਂ ਤੁਸੀਂ ਇਸ ਤਸਵੀਰ 'ਚ ਦੇਖ ਰਹੇ ਹੋ ਕਿ ਮਰਕਰੀ, ਵੀਨਸ ਬੜੇ ਨਿੱਕੇ ਨਿੱਕੇ ਜਿਹੇ ਦਿਖਾਏ ਹੋਏ ਆ, ਪੁਆਇੰਟਸ ਪੁਆਇੰਟਸ ਜਿੱਡੇ। ਕਿਉਂ? ਕਿਉਂਕਿ ਸੂਰਜ ਐਡਾ ਵੱਡਾ ਕਿ ਇਹਨਾਂ ਸਾਰਿਆਂ ਨੂੰ ਹਜ਼ਮ ਕਰ ਸਕਦਾ। 30-40 ਲੱਖ ਧਰਤੀਆਂ ਇਹਦੇ 'ਚ ਪੂਰੀਆਂ ਆ ਸਕਦੀਆਂ। ਸੂਰਜ ਐਡਾ ਵੱਡਾ ਹੈਗਾ। ਪਹਿਲੇ ਕੁਛ ਗ੍ਰਹਿ ਸੋਲਿਡ ਆ, ਉਸ ਤੋਂ ਬਾਅਦ ਗੈਸਿਸ ਵਾਲੇ ਹੈ, ਅੱਗੇ ਸੈਚੁਰਨ, ਯੂਰੇਨਸ, ਤਾਂ ਅੱਗੇ ਤੋਂ ਅੱਗੇ ਹੀ ਕੁਛ, ਮਤਲਬ ਇੱਕ ਸਿਸਟਮ ਹੈ ਜਿਹਨੂੰ ਸੋਲਰ ਫੈਮਿਲੀ ਕਹਿੰਦੇ। ਹੁਣ ਇਹ ਸੋਲਰ ਫੈਮਿਲੀ ਜਿਹੜੀ ਹੈਗੀ ਹੈ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਹੈ। ਸੂਰਜ ਤੋਂ ਧਰਤੀ ਦਾ ਜਿਹੜਾ ਡਿਸਟੈਂਸ ਹੈ, ਤੁਸੀਂ ਇੱਥੇ ਪੜ੍ਹ ਰਹੇ ਹੈਗੇ ਹੋ ਕਿ ਇੰਨੇ ਮਾਈਲਸ ਹੈ, ਔਰ ਸਨ ਤੋਂ ਪਲੋਟੋ ਤੋਂ ਲੈ ਕੇ ਇਸ ਤੋਂ 40 ਗੁਣਾ ਜ਼ਿਆਦਾ ਡਿਸਟੈਂਸ। ਤਾਂ ਆਈ ਮੀਨ ਟੂ ਸੇ ਕਿ ਜੇ ਅਸੀਂ ਬਹੁਤ ਰਫਤਾਰ ਵਾਲਾ ਕੋਈ ਹਵਾਈ ਜਹਾਜ਼ ਵੀ ਬਣਾ ਲਈਏ, ਉਹ ਵੀ ਸੋਲਰ ਸਿਸਟਮ ਤੋਂ ਨਹੀਂ ਬਾਹਰ ਨਿਕਲ ਸਕਦਾ। ਮਤਲਬ ਇੱਕ ਸੋਲਰ ਸਿਸਟਮ ਤੋਂ ਬਾਹਰ ਨਿਕਲਣਾ ਬੰਦੇ ਲਈ ਪੋਸੀਬਲ ਨਹੀਂ ਹੈਗਾ। ਤਾਂ ਇੰਨਾ ਹਿਊਜ ਸਿਸਟਮ ਜਿਹੜਾ ਇੱਕ ਸੋਲਰ ਫੈਮਿਲੀ ਵਿੱਚ ਹੈ, ਇੱਕ ਸੋਲਰ ਫੈਮਿਲੀ, ਔਰ ਤੁਸੀਂ ਦੇਖੋ ਰਾਤ ਨੂੰ ਕਦੀ ਤਾਰਿਆਂ ਨੂੰ ਅਸਮਾਨ ਵਿੱਚ, ਸਾਰੇ ਦੇ ਸਾਰੇ ਸੂਰਜ, ਔਰ ਹਰ ਸੂਰਜ ਦਾ ਆਪਣੀ ਸੋਲਰ ਫੈਮਿਲੀ ਹੈ, ਆਪਣਾ ਉਹਦਾ ਇੱਕ ਸਿਸਟਮ ਹੈ, ਆਪਣੇ ਉਹਦੇ ਗ੍ਰਹਿ ਹੈਗੇ ਆ। ਤਾਂ ਪਤਾ ਕਿੰਨੀਆਂ, ਇਹ ਇੱਕ ਆਕਾਸ਼ ਗੰਗਾ ਇਹਨੂੰ ਕਹਿੰਦੇ, ਕਿ ਜਿੰਨੇ ਅਸਮਾਨ 'ਚ ਤਾਰੇ ਰਾਤ ਨੂੰ ਦਿਸਦੇ ਆ ਉਹ ਸਾਰੇ ਸੂਰਜ ਹੈ, ਉਹ ਸਾਰੇ ਮਿਲ ਕੇ ਇੱਕ ਆਕਾਸ਼ ਗੰਗਾ ਬਣਦੀ ਹੈ, ਮਿਲਕੀ ਵੇ। ਤਾਂ ਉਹਦਾ ਸਾਈਜ਼ ਬਹੁਤ ਵੱਡਾ। ਪਹਿਲਾਂ ਤਾਂ ਆਪਾਂ ਸੋਲਰ ਸਿਸਟਮ ਵਿੱਚੋਂ ਨਹੀਂ ਨਿਕਲ ਸਕਦੇ, ਫਿਰ ਗਲੈਕਸੀਸ 'ਤੇ ਆ ਗਏ। ਗਲੈਕਸੀਸ 'ਚ ਮਿਲੀਅਨ ਸਟਾਰਸ, ਔਰ ਉਸ ਤੋਂ ਬਾਅਦ ਆ ਜਿੱਦਾਂ ਤੁਸੀਂ ਇਹਦੇ 'ਚ ਦੇਖ ਰਹੇ ਹੋ ਕਿ ਕਈ ਕੋਟਸ ਸੀ ਸੂਰ ਨਕੱਥਰ ਗੁਰਬਾਣੀ ਵਿੱਚ ਕਿਹਾ ਹੋਇਆ। ਤਾਂ ਹੁਣ ਅੱਗੇ ਪਤਾ ਕੀ, ਇਸ ਤੋਂ ਬਾਅਦ ਇੱਕ ਗਲੈਕਸੀਸ 'ਚ ਮਿਲੀਅਨ ਸਟਾਰਸ ਹੋ ਗਏ। ਹੁਣ ਸਾਇੰਸਦਾਨਾਂ ਨੇ ਜਿਹੜੀ ਖੋਜ ਕੀਤੀ ਹੈ ਉਹ ਇੱਕ ਆਕਾਸ਼ ਗੰਗਾ ਨਹੀਂ ਹੈਗੀ, ਬ੍ਰਹਿਮੰਡ ਵਿੱਚ ਹਜ਼ਾਰਾਂ ਆਕਾਸ਼ ਗੰਗਾ। ਪਹਿਲਾਂ ਇੱਕ ਸੋਲਰ ਸਿਸਟਮ, ਨੋਟ ਪੋਸੀਬਲ, ਲਾਈਕ ਆਪਾਂ ਉਹਨੂੰ ਟਰੈਵਰਸ ਨਹੀਂ ਕਰ ਸਕਦੇ ਡਿਸਟੈਂਸ ਨੂੰ। ਫਿਰ ਉਹ ਸੋਲਰ ਸਿਸਟਮ, ਇਟ ਇਜ਼ ਅ ਪਾਰਟ ਆਫ ਮਿਲਕੀ ਵੇ। ਮਿਲਕੀ ਵੇ ਇਜ਼ ਅ ਹਿਊਜ ਕਲੈਕਸ਼ਨ ਆਫ ਦਾ ਸਟਾਰਸ, ਔਰ ਉਸ ਵਿੱਚ ਸਾਰੇ ਸੂਰਜ ਹੈ, ਇਹ ਸਾਰਿਆਂ ਦੇ ਗ੍ਰਹਿ ਹੋਣਗੇ, ਸਾਰਿਆਂ ਕੋਲ ਧਰਤੀਆਂ ਵੀ ਹੋਣਗੀਆਂ। ਫਿਰ ਇੱਕ ਮਿਲਕੀ ਵੇ ਨਹੀਂ, ਦੇ ਆਰ ਮਿਲੀਅਨ ਟ੍ਰਿਲੀਅਨਸ ਮਿਲਕੀ ਵੇਸ। ਔਰ ਇੱਕ ਗੱਲ ਬੜੀ ਹੋਰ ਅਜੀਬ ਹੈ, ਇਹ ਸਾਰੀਆਂ ਆਕਾਸ਼ ਗੰਗਾ ਦੀ ਅੱਡ ਅੱਡ ਸ਼ਕਲਾਂ, ਅੱਡ ਅੱਡ ਰੰਗ ਹੈ, ਅੱਡ ਅੱਡ ਸਾਈਜ਼ ਹੈ। ਗੁਰਬਾਣੀ 'ਚ ਕਿੱਥੇ ਪਹਿਲਾਂ ਸੰਤ ਮਹਾਂਪੁਰਸ਼ ਕਹਿ ਕੇ ਗਏ ਕਿ ਕਈ ਕੋਟ ਆਕਾਸ਼ ਬ੍ਰਹਿਮੰਡ। ਹੁਣ ਕਈ ਕੋਟ ਬ੍ਰਹਿਮੰਡ, ਬ੍ਰਹਿਮੰਡ ਇੱਕ ਹੋ ਸਕਦਾ, ਪਰ ਗੁਰਬਾਣੀ 'ਚ ਕਈ ਕੋਟ ਬ੍ਰਹਿਮੰਡ। ਵਟ ਇਜ਼ ਅ ਬ੍ਰਹਿਮੰਡ? ਇਟ ਇਜ਼ ਅ ਗਲੈਕਸੀ, ਮਿਲੀਅਨ ਕੋਟ ਗਲੈਕਸੀਸ।
ਹੁਣ ਜੇ ਅਸੀਂ ਸੋਚੀਏ ਕਿ ਜੀਵਨ ਕਿੱਥੇ ਹੈਗਾ, ਜੀਵਨ ਦੀ ਬੜੀ ਭਾਲ ਹੁੰਦੀ ਹੈ, ਬਟ ਇਹ ਬੜੀ ਬੜੀ ਇੱਕ ਛੋਟੀ ਜਿਹੀ ਗੱਲ ਹੋਊਗੀ ਜੇ ਅਸੀਂ ਕਹੀਏ ਕਿ ਅਸੀਂ ਜੀਵਨ ਲੱਭਦੇ ਹੈਗੇ ਹਾਂ। ਕਿਉਂ? ਦੇਖੋ, ਇੱਕ ਸੂਰਜ ਕੋਲ ਇੱਕ ਧਰਤੀ ਤਾਂ ਹੈ ਜਿੱਥੇ ਜੀਵਨ ਹੈ, ਤਾਂ ਪਤਾ ਹੀ ਹੈ। ਔਰ ਇੱਕ ਆਕਾਸ਼ ਗੰਗਾ 'ਚ ਮਿਲੀਅਨ ਮੂਨ ਸਨ ਹੈ, ਤਾਂ ਜੇ ਐਵਰੇਜ ਵੀ ਤੁਸੀਂ ਲਗਾਓ ਕਿ ਇੱਕ ਸਨ ਕੋਲ ਇੱਕ ਅੱਥ ਹੋਊਗੀ ਜਿੱਥੇ ਜੀਵਨ ਹੈ, ਤਾਂ ਕਰੋੜਾਂ ਜੀਵਨ ਇੱਕ ਆਕਾਸ਼ ਗੰਗਾ 'ਚ, ਫਿਰ ਮਿਲੀਅਨ ਮਿਲੀਅਨ ਗਲੈਕਸਿਸ। ਔਰ ਤਾਂ ਹੀ ਫਿਰ ਗੁਰੂ ਕਹਿ ਕੇ ਗਏ ਕਿ ਅੰਤ ਨਾ ਪਾਰਾਵਾਰ, ਦੈਟਸ ਨੋ ਐਂਡ। ਫਿਰ ਇਹਦਾ ਇਹ ਲੱਭਣਾ ਹੀ ਇੱਕ ਛੋਟਾਪਣਾ ਹੈ ਕਿ ਅਸੀਂ ਇਸ ਸਵਾਲ ਕਰਦੇ ਹੈਗੇ ਹਾਂ ਕਿ ਕੀ ਇਸ ਗ੍ਰਹਿ ਨੂੰ ਛੱਡ ਕੇ ਕਿਤੇ ਹੋਰ ਜੀਵਨ ਹੈ, ਤਾਂ ਉਹ ਤਾਂ ਹੋਊਗਾ ਹੀ ਹੋਊਗਾ। ਅਨੰਤ, ਜਦੋਂ ਗੁਰਬਾਣੀ 'ਚ ਅਨੰਤ ਵਰਲਡ ਦੱਸ ਹੀ ਰਿਹਾ, ਆਹ ਤੁਸੀਂ ਤੁੱਕਾਂ ਪੜੋ, ਦੇਖੋ, ਕਈ ਕੋਟ ਪੌਣ ਪਾਣੀ ਬੇਸੰਤਰ, ਕਈ ਕੋਟ, ਮਤਲਬ ਡਜ਼ਨਟ ਮੀਨ ਕਿ ਇੱਕ ਪਾਣੀ, ਸਾਡਾ ਜਿਹੜਾ ਪਾਣੀ ਇਹੀ ਅਲਟੀਮੇਟ ਵਾਟਰ ਹੈ। ਪਾਣੀ ਕਈ ਕਿਸਮ ਦਾ ਹੋ ਸਕਦਾ, ਬਸੰਤਰ ਕਈ ਕਿਸਮ ਦੀ ਹੋ ਸਕਦੀ ਹੈ, ਦੇਸ਼ ਕਈ ਕਿਸਮ ਦੇ ਹੋ ਸਕਦੇ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਪਾਥਰ ਬ੍ਰਿਖ ਨਿਪਜਾਏ, ਸਟੋਨ ਸੋਸ, ਈਵਨ ਸਟੋਨ, ਅੱਜ ਦੇਖੋ ਇੱਕ ਪੱਥਰ ਨੂੰ ਅਸੀਂ ਠੁੱਡਾ ਮਾਰ ਕੇ ਲੰਘ ਜਾਂਦੇ, ਔਰ ਇੱਕ ਪੱਥਰ ਨੂੰ ਅਸੀਂ ਉਂਗਲਾਂ ਦੇ ਵਿੱਚ ਧਾਰਨ ਕਰਦੇ, ਪੱਥਰ ਤੋਂ ਉਹੀ ਹੈ, ਤਾਂ ਮਿਲੀਅਨ ਸਟੋਨਸ ਆਪਦੇ ਹੀ ਹੈ, ਔਰ ਮਿਲੀਅਨ 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 ਤਰ੍ਹਾਂ ਦਾ ਜੀਵਨ ਅਨਕਾਊਂਟੇਬਲ, ਔਰ ਜਿਹਦੀ ਕੋਈ ਅਪਰੋਚ ਨਹੀਂ। ਔਰ ਇੱਕ ਹੋਰ, ਸ਼ਾਇਦ ਕਦੇ ਸੋਚਿਆ ਨਹੀਂ ਹੋਣਾ ਕਿ ਆਪਾਂ ਲੋਕ ਇੱਕ ਦੂਜੇ ਨੂੰ ਪ੍ਰੇਮ ਕਰਦੇ ਹਾਂ, ਪਿਆਰ ਕਰਦੇ ਹਾਂ, ਕੁਛ ਰੀਜ਼ਨ ਹੋ ਸਕਦਾ ਕਿ ਅਸੀਂ ਅੱਡ ਅੱਡ ਤਰ੍ਹਾਂ ਦੇ ਹਾਂ ਤਾਂ ਕਰਕੇ। ਪਰ ਕਦੇ ਸੋਚਿਆ ਤੁਸੀਂ ਕਿ ਸੂਰਜ ਜਿਹੜਾ ਉਹ ਧਰਤੀਆਂ ਨੂੰ ਅਤੇ ਗ੍ਰਹਿਆਂ ਨੂੰ ਕਿਉਂ ਖਿੱਚਦਾ, ਉਹਦੇ 'ਚ ਅਟਰੈਕਸ਼ਨ ਕਿਉਂ ਹੈ? ਨਿਊਟਨ ਜਿਹੜਾ ਸਾਇੰਸਦਾਨ ਸੀਗਾ, ਉਹਨੇ ਬੇਸ਼ੱਕ ਇੱਕ ਨਿਯਮ ਦਿੱਤਾ ਕਿ ਅਟਰੈਕਸ਼ਨ ਇੰਨੀ ਹੁੰਦੀ ਹੈ, ਬਟ ਉਹਨੇ ਵੀ ਰੀਜ਼ਨ ਨਹੀਂ ਦੱਸਿਆ ਕਿਉਂ ਹੁੰਦੀ। ਜੇ ਮੈਂ ਕਹਾਂ ਕਿ ਇੱਕ ਪੱਥਰ ਦੂਜੇ ਪੱਥਰ ਨੂੰ ਖਿੱਚ ਰਿਹਾ, ਤਾਂ ਵਾਟ ਇਟ ਮੀਨ, ਕਿਉਂ ਖਿੱਚਦਾ? ਨੋ ਆਨਸਰ। ਜੇ ਸਨ ਅੱਜ ਆਪਣੀ ਖਿੱਚ ਖਤਮ ਕਰਦੇ, ਧਰਤੀਆਂ ਇਹਦੇ ਦੁਆਲੇ, ਗ੍ਰਹਿ ਇਹਦੇ ਦੁਆਲੇ ਘੁੰਮਣਗੇ ਹੀ ਨਹੀਂ, ਔਰ ਸਟ੍ਰੇਟ ਲਾਈਨ 'ਚ ਇੰਡਲੈਸ ਸਫ਼ਰ 'ਚ ਚਲੇ ਜਾਣਗੇ। ਪਰ ਨੋਬਡੀ ਨੋਜ਼ ਕਿ ਅਟਰੈਕਸ਼ਨ ਪੈਦਾ ਕਿੱਥੋਂ ਹੋਈ। ਔਰ ਤੁਸੀਂ ਦੇਖੋ ਕਿ ਜਿਹੜਾ ਵੀ ਜੀਵਨ ਹੈ, ਜੜ ਅਤੇ ਜੀਵਨ ਅਤੇ ਚੇਤਨਾ, ਇਹ ਹਮੇਸ਼ਾ ਇਹਨਾਂ ਦਾ ਆਪਸ ਸੰਬੰਧ ਰਿਹਾ। ਜੜ ਵਿੱਚ ਚੇਤਨਾ ਘੱਟ ਹੁੰਦੀ ਹੈ, ਨਾਂ ਦੇ ਬਰਾਬਰ, ਆਹਿਸਤਾ ਆਹਿਸਤਾ ਚੇਤਨਾ ਡਿਵੈਲਪ ਹੁੰਦੀ ਚਲੀ ਜਾਂਦੀ, ਔਰ ਜਿਹੜੀ ਚੀਜ਼ ਜੜ ਹੁੰਦੀ ਹੈ ਹਮੇਸ਼ਾ ਉਹ ਥੱਲੇ ਵੱਲ ਰਹਿੰਦੀ। ਜਿੱਦਾਂ ਹੁਣ ਇੱਕ ਬੀਜ ਹੈ, ਬੀਜ ਸੁੱਟੋਗੇ ਤਾਂ ਉਹ ਡਿੱਗੂਗਾ, ਥੱਲੇ ਡਿੱਗ ਗਿਆ ਧਰਤੀ 'ਚ, ਫਿਰ ਕੁਛ ਉਹਨੂੰ ਸਰਕਮਸਟਾਂਸਿਸ, ਇਨਵਾਇਰਮੈਂਟ ਇਹੋ ਜਿਹਾ ਮਿਲਿਆ, ਜੀਵਨ ਸ਼ੁਰੂ ਹੋਇਆ, ਜੀਵਨ ਉਤਾਂ ਵੱਲ, ਹਮੇਸ਼ਾ ਉਹਦੀ ਜਿਹੜੀ ਫੇਸਿੰਗ ਹੈ ਉਹ ਉੱਪਰ ਵੱਲ ਰਹੂਗੀ। ਤੁਸੀਂ ਪਾਣੀ ਬੋਇਲ ਕਰੋ, ਪਾਣੀ ਅਜੇ ਕੀ ਚੇਤਨਾ, ਪਾਣੀ ਨੂੰ ਵੀ ਚੇਤਨਾ ਮੰਨਿਆ ਜਾਂਦਾ, ਪਾਣੀ ਨੂੰ ਜੀਵ ਮੰਨਿਆ ਗਿਆ ਹੈਗਾ,
ਕਿਉਂਕਿ ਪਾਣੀ ਸੋਲਿਡ ਨਾਲੋਂ ਪੱਥਰ ਨਾਲੋਂ ਉਹਦੇ ਚੇਤਨਾ ਹੈਗੀ ਹੈ। ਪਰ ਜੇ ਪਾਣੀ ਨੂੰ ਬੋਇਲ ਕਰਨਾ ਸ਼ੁਰੂ ਕਰੋ ਤਾਂ ਵੇਪਰਸ ਬਣਦੇ ਹੈ, ਔਰ ਵੇਪਰਸ ਫਿਰ ਉਹ ਹਵਾ ਵੱਲ, ਉੱਪਰ ਵੱਲ, ਮਤਲਬ ਉਤਾਂਹ ਵੱਲ। ਤਾਂ ਜੀਵਨ ਹਮੇਸ਼ਾ ਉਤਾਂਹ ਵੱਲ ਚੱਲਦਾ, ਔਰ ਜੜਤਾ ਹਮੇਸ਼ਾ ਨਿਵਾਣ ਵੱਲ ਜਾਂਦੀ। ਕਈ ਵਾਰੀ ਬਹੁਤ ਪੁਰਾਣੇ ਯੋਗੀ ਜਿਹੜੇ ਹੋਏ ਆ, ਬੇਸ਼ੱਕ ਗੁਰਮਤ ਦਾ ਜਿਹੜਾ ਸਫ਼ਰ ਹੈ ਇਹ ਯੋਗ ਦਾ ਸਫ਼ਰ ਨਹੀਂ ਹੈ, ਗੁਰਮਤ ਵਿੱਚ ਸਹਿਜ ਬਾਰੇ ਕਿਹਾ ਗਿਆ, ਪਰ ਜਿਹੜੇ ਯੋਗੀ ਹੋਏ ਆ ਇੱਥੇ ਸਾਡੇ ਇੱਥੇ ਹਿੰਦੁਸਤਾਨ ਵਿੱਚ, ਉਹ ਇਨਸਾਨ ਵਿੱਚ ਸੱਤ ਚੱਕਰ ਮੰਨਦੇ ਹੁੰਦੇ ਸੀ। ਆਦਮੀ ਦੇ ਵਿੱਚ ਸੱਤ ਚੱਕਰ ਉਹ ਕਹਿੰਦੇ ਸੀ, ਬੋਟਮ ਟੂ ਹੈੱਡ। ਔਰ ਮੈਨੂੰ ਕਈ ਵਾਰ ਬੜੀ ਹੈਰਾਨੀ ਹੁੰਦੀ ਕਿ ਕੁਛ ਗੱਲਾਂ ਥੋੜ੍ਹੀਆਂ ਸਾਇੰਟੀਫਿਕ ਜਿਹੀਆਂ ਵੀ ਨਾਲ ਮਿਲਦੀਆਂ ਸਾਇੰਸ ਨਾਲ ਵੀ। ਇੱਕ ਵਿਬਗਿਓਰ ਹੁੰਦਾ ਕਿ ਰੈੱਡ ਤੋਂ ਚੱਲਦੇ ਕਲਰਸ ਵਾਇਲਟ ਤੱਕ ਮੁੱਕਦੇ ਆ। ਰੈੱਡ ਲੋਂਗੈਸਟ ਵੇਵ ਹੈਗੀ ਹੈ। ਰੈੱਡ ਦੀ ਕਰੈਕਟਰਿਸਟਿਕਸ ਹੈ ਲਾਲ ਰੰਗ ਦੀ ਕਿ ਇਹ ਖਿੰਡਦਾ ਨਹੀਂ ਹੈਗਾ, ਇਹ ਕੰਸਨਟ੍ਰੇਸ਼ਨ ਦਾ ਸਿੰਬਲ ਹੈ। ਤਾਂ ਹੀ ਭਗਵੇ ਕੱਪੜੇ ਪਾਉਂਦੇ ਰਹੇ ਪੁਰਾਣੇ ਲੋਕ। ਤਾਂ ਰੈੱਡ ਲੋਂਗੈਸਟ ਵੇਵ ਹੈ, ਔਰ ਇਹਦੇ 'ਚ ਸਭ ਤੋਂ ਘੱਟ ਤਾਕਤ ਹੁੰਦੀ ਹੈ, ਊਰਜਾ ਘੱਟ ਹੁੰਦੀ ਹੈ। ਜੇ ਤੁਸੀਂ ਉਤਾਂਹ ਵੱਲ ਜਾਓ ਰੰਗਾਂ ਵਿੱਚ ਤਾਂ ਐਂਡ ਵਾਇਲਟ 'ਤੇ ਜਾਂਦਾ, ਵਿਬਗਿਓਰ ਨਾ ਵਿਚਕਾਰ ਜੇ ਗ੍ਰੀਨ ਆਉਂਦਾ ਹੁੰਦਾ ਸੈਂਟਰ ਜੇ 'ਚ, ਯੈਲੋ ਗ੍ਰੀਨ ਫਿਰ ਬਲਿਊ ਫਿਰ ਵਾਇਲਟ। ਵਾਇਲਟ 'ਚ ਤਾਕਤ ਜਾਂ ਊਰਜਾ ਬਹੁਤ ਜ਼ਿਆਦਾ ਹੁੰਦੀ। ਤਾਂ ਉਹ ਮੈਂ ਪਿੱਛੇ ਜੇ ਦੇਖ ਰਿਹਾ ਸੀਗਾ ਕਿ ਉਹ ਜਿਹੜੇ ਸੱਤ ਚੱਕਰ ਇਨਸਾਨ ਦੇ ਵਿੱਚ ਉਹਨਾਂ ਨੇ ਸਿੰਬਲਾਈਜ਼ ਕਰਦੇ ਹੈਗੇ ਆ, ਬੋਟਮ ਤੋਂ ਰੈੱਡ ਤੋਂ ਚੱਲਦਾ ਉਹਨਾਂ ਦਾ ਪਹਿਲਾ ਚੱਕਰ, ਰੈੱਡ ਤੋਂ ਬਾਅਦ ਔਰੇਂਜ, ਔਰੇਂਜ ਤੋਂ ਬਾਅਦ ਯੈਲੋ, ਗ੍ਰੀਨ ਇੱਥੇ ਕਿਤੇ ਇਸ ਸਾਈਡ 'ਤੇ ਗ੍ਰੀਨ ਹੁੰਦਾ, ਫਿਰ ਜਿਹਦਾ ਸਾਡਾ ਗਲਾ ਜਿੱਥੋਂ ਆਵਾਜ਼ ਆਉਂਦੀ ਹੈਗੀ ਹੈ, ਇੱਥੋਂ ਸਕਾਈ ਬਲਿਊ, ਫਿਰ ਉਹ ਬਲਿਊ ਇੱਥੇ ਕੋ ਕਹਿੰਦੇ ਹੈੱਡ ਦੇ ਵਿੱਚ, ਫਿਰ ਵਾਇਲਟ ਇਟ ਦਾ ਹੈੱਡ। ਤਾਂ ਉੱਥੋਂ ਮੈਂ ਦੇਖ ਰਿਹਾ ਸੀ ਕਿ ਉਹ ਵੀ ਕੁਛ ਲਾਈਕ ਐਨਰਜੀ ਦਾ, ਮੇਰੀ ਕਹਿਣ ਦੀ ਸੈਂਸ ਹੈ ਕਿ ਉਹ ਐਨਰਜੀ ਜਾਂ ਊਰਜਾ ਨੂੰ ਲੋਐਸਟ ਤੋਂ ਹਾਈਐਸਟ ਵੱਲ ਅਪਰੋਚ ਟੈਂਡੈਂਸੀ ਸੀ, ਘੱਟ ਐਨਰਜੀ ਤੋਂ ਉਤਾਂਹ ਵੱਲ, ਟੂ ਗੋ ਹਾਇਰ। ਕਿਉਂਕਿ ਤੁਸੀਂ ਅੱਗ ਬਾਲੋ ਤਾਂ ਅੱਗ ਦੀ ਲਾਟ ਵੀ ਹਮੇਸ਼ਾ ਸੂਰਜ ਵੱਲ ਹੋਊਗੀ, ਕਿਉਂਕਿ ਸੂਰਜ ਉਸਦਾ ਸੋਰਸ ਹੈ। ਕਹਿੰਦੇ ਬੰਦਾ ਇਨਸਾਨ ਜਿਹੜਾ, ਅਸੀਂ ਹੁਣ ਤੁਸੀਂ ਲੋਕ ਸਾਰੇ ਤੁਹਾਡੀ ਤੁਸੀਂ ਇੱਥੇ ਆਏ ਕਿ ਕੋਰਸ ਅਟੈਂਡ ਕਰੀਏ, ਕੁਛ ਮਤਲਬ ਭਾਵਨਾ ਹੈ, ਭਾਵਨਾ ਹੁੰਦੀ ਹੈ, ਕਿਉਂਕਿ ਬੰਦਾ ਕਦੀ ਤ੍ਰਿਪਤ ਨਹੀਂ ਹੁੰਦਾ। ਬੰਦੇ ਅੰਦਰ ਨਾ ਇੱਕ ਜੁਗਿਆਸਾ, ਇੱਕ ਹਲਚਲ, ਇੱਕ ਤੂਫਾਨ ਮੱਚਿਆ ਰਹਿੰਦਾ, ਕਿਤੇ ਸ਼ਾਂਤੀ, ਕਿਤੇ ਸਕੂਨ, ਕਿਤੇ ਆਨੰਦ ਮਿਲ ਸਕੇ। ਕਿਉਂ ਇਹ ਭਾਈ ਵੀਰ ਸਿੰਘ ਨੇ ਜਿੱਥੇ ਕਿਹਾ ਸੀਗਾ ਕਿ ਉਹਨੇ ਇੱਕ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਕਿ ਕੋਲਾ ਹੈਗਾ ਚਿੱਟਾ ਨਹੀਂ ਹੁੰਦਾ, ਮੈਂ ਬੜੀ ਕੋਸ਼ਿਸ਼ ਕੀਤੀ, ਕਹਿੰਦੇ ਅਖੀਰ 'ਚ ਮੈਂ ਉਹਨੂੰ ਅੰਗੀਠੀ ਸੁੱਟਿਆ, ਜਿਵੇਂ ਸੁੱਟਿਆ ਕਹਿੰਦੇ ਲਾਲ ਹੋ ਗਿਆ। ਕਹਿੰਦੇ ਭਾਈ ਵੀਰ ਸਿੰਘ ਨੇ ਉੱਥੋਂ ਕਿਹਾ ਕਿ ਇਹ ਇਹਦਾ ਸੋਰਸ ਜਿਹੜਾ ਸੀ ਉਹਦੇ ਕੋਲ ਪਹੁੰਚ ਗਿਆ, ਸ਼ਾਂਤ ਹੋ ਕੇ ਰੰਗ ਬਦਲ ਗਿਆ। ਤਾਂ ਦਿਸ ਇਜ਼ ਆਰ ਟੈਂਡੈਂਸੀ। ਔਰ ਕਹਿੰਦੇ ਬੰਦਾ ਜਿਹੜਾ ਵੈਸੇ ਸਾਡੇ ਵਿੱਚੋਂ ਈਵਨ ਓਲ ਮਤਲਬ ਨੋਟ ਸਾਡੇ 'ਚੋਂ ਵੀ ਕਈ ਲੋਕ ਨਹੀਂ ਮੰਨਦੇ ਕਿ ਕੋਈ ਅਗਲਾ ਜਨਮ ਵੀ ਹੋ ਸਕਦਾ, ਰੀਇਨਕਾਰਨੇਸ਼ਨ ਥਿਊਰੀ, ਕੁਛ ਬਿਲੀਵ ਕਰਦੇ ਕੁਛ ਨਹੀਂ ਕਰਦੇ। ਔਰ ਮੈਂ ਇਸ ਵਿਸ਼ੇ 'ਤੇ ਨਹੀਂ ਜਾਣਾ ਚਾਹੁੰਦਾ, ਪਰ
मैं अपनी क्योंकि मैं फाइनल मेरे आई एम नॉट हैविंग एनी अथॉरिटी बट मैनू कुछ लगता है कि यह खत्म होने वाला सफर शायद नहीं है क्योंकि पता क्यों नहीं खत्म होने वाला इसलिए नहीं खत्म होने वाला कि जे बंदा जदों मर जाता स्वाह हो जाता कि वह बंदा खत्म वह कुछ कुछ खत्म होता नहीं ਉਹਦਾ ਜਿਹੜਾ ਮਾਸ ਹੈ ਉਹ ਐਲੀਮੈਂਟਸ ਬਦਲ ਜਾਂਦੇ ਇੱਥੇ ਹੀ ਰਹਿ ਜਾਂਦੇ ਸਾਰੇ ਕਿਉਂਕਿ ਮਾਸ ਸਾਡਾ ਆਇਆ ਕਿੱਥੋਂ ਬੱਚਾ ਪੈਦਾ ਹੁੰਦਾ ਛੋਟਾ ਜਿਹਾ ਕਿੰਨੇ ਕੁ ਕਿਲੋ ਦਾ ਹੋਊਗਾ ਉਹ ਵੀ ਓਨਾ ਨਹੀਂ ਹੁੰਦਾ ਮਦਰ ਦੇ ਪੇਟ ਵਿੱਚ ਹੀ ਉਹਦੇ ਕੋਲ ਮਾਸ ਜੁੜਨਾ ਸ਼ੁਰੂ ਹੁੰਦਾ ਉਸ ਤੋਂ ਵੀ ਪਿੱਛੇ ਚੱਲ ਜਾਓ ਤਾਂ ਕਿੰਨਾ ਕੁ ਹੁੰਦਾ ਇੱਕ ਜਸਟ ਬੀਸ ਉਸ ਤੋਂ ਵੀ ਘੱਟ ਦਿਖਦਾ ਵੀ ਨਹੀਂ ਉਹ ਦਿਖਣਾ ਦਿਸਣ ਵਾਲੀ ਚੀਜ਼ ਫਿਰ ਆਹਿਸਤਾ ਆਹਿਸਤਾ ਕੁਦਰਤ ਦਾ ਨਿਯਮ ਕਿ ਉਹਦੇ 'ਚ ਕੁਛ ਜੁੜਨਾ ਸ਼ੁਰੂ ਹੁੰਦਾ ਜੁੜਦਾ ਜੁੜਦਾ ਇੱਥੇ ਤੱਕ ਅਸੀਂ ਪਹੁੰਚ ਜਾਂਦੇ ਕਿੱਥੋਂ ਐਨਵਾਇਰਮੈਂਟ 'ਚ ਪਹਿਲਾਂ ਕੁਛ ਵੀ ਨਹੀਂ ਸੀ ਇੱਕ ਸੂਖਸ਼ਮ ਬਿਲਕੁਲ ਸੂਖਸ਼ਮ ਤੋਂ ਆਹ ਸਟੇਜ 'ਤੇ ਆ ਗਏ ਔਰ ਇੱਥੋਂ ਹੀ ਅਗਾਂਹ ਵਧਾਂਗੇ ਫਿਰ ਇਹਦਾ ਰਿਵਰਸ ਪ੍ਰੋਸੈਸ ਸ਼ੁਰੂ ਫਿਰ ਜਦੋਂ ਡੈਥ ਹੋਊਗੀ ਇਹ ਸਾਰਾ ਕੁਛ ਫਿਰ ਸੂਖਸ਼ਮ ਵਿੱਚ ਖਤਮ ਹੋ ਜਾਊ ਪਰ ਖਤਮ ਨਹੀਂ ਹੁੰਦਾ ਆਹ ਡਜ਼ਨ ਮੀਨ ਕਿ ਖਤਮ ਹੋਊਗਾ ਫਿਰ ਉਹ ਜਿਸ ਤੋਂ ਆਇਆ ਸੀ ਉੱਥੇ ਚਲ ਜਾਣਾ ਤਾਂ ਕੀ ਫਿਰ ਮੈਨੂੰ ਲੱਗਦਾ ਹੁੰਦਾ ਕਿ ਚੇਤਨਾ ਜੇ ਇੱਕ ਪਦਾਰਥ ਨਹੀਂ ਜਾ ਸਕਦਾ ਕਿਤੇ ਇੱਕ ਪਦਾਰਥ ਦਾ ਐਂਡ ਨਹੀਂ ਹੋ ਸਕਦਾ ਜਿਹੜਾ ਲੱਗਦਾ ਕਿ ਐਂਡ ਹੋ ਗਿਆ ਨਹੀਂ ਹੋ ਸਕਦਾ ਤਾਂ ਕੀ ਚੇਤਨਾ ਦਾ ਐਂਡ ਹੋ ਜਾਣਾ ਚੇਤਨਾ ਮਤਲਬ ਜਿਹੜੀ ਹੱਸਦੀ ਹੈ ਰੋਂਦੀ ਹੈ ਕਿਉਂਕਿ ਜੇ ਬੰਦੇ ਚੇਤਨਾ ਨਾ ਹੋਏ ਉਹ ਤਾਂ ਕੰਪਿਊਟਰ ਹੋ ਜਾਵੇ ਕੰਪਿਊਟਰ ਕੋਈ ਹੱਸਦਾ ਨਹੀਂ ਰੋਂਦਾ ਨਹੀਂ ਕੰਮ ਕਰਦਾ ਹੈਗਾ ਤਾਂ ਉਹ ਹੋ ਜਾਵੇ ਕਿ ਚੇਤਨਾ ਦਾ ਐਂਡ ਹੋ ਸਕਦਾ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਨਹੀਂ ਹੋ ਸਕਦਾ ਇਹ ਚੇਤਨਾ ਦਾ ਸਫ਼ਰ ਵੀ ਐਂਡਲੈਸ ਸਫ਼ਰ ਹੈ ਨਾ ਮੁੱਕਣ ਵਾਲਾ ਸਫ਼ਰ ਤਾਂ ਮੈਂ ਸਾਇੰਸ ਦੇ ਵਿਸ਼ੇ 'ਤੇ ਹੀ ਰਹਾਂ ਫਿਲੋਸਫੀ ਵੱਲ ਮੈਂ ਘੱਟ ਜਾਵਾਂ ਤੋ ਮੈਨੀ ਲਾਈਵਸ ਇਨ ਮੈਨੀ ਵਰਲਡਸ ਇਹ ਨਾਸਾ ਦਾ ਪਿੱਛੇ ਇੱਕ ਪੇਪਰ ਪਬਲਿਸ਼ ਹੋਇਆ ਡਾਕੂਮੈਂਟਸ ਹੋਣੀ ਕਿ ਮੈਨੀ ਲਾਈਵਸ ਇਨ ਦਾ ਮੈਨੀ ਵਰਲਡਸ ਕਿ ਇਹ ਕਹਿਣਾ ਗਲਤ ਹੈ ਕਿ ਅਸੀਂ ਸੋਚੀਏ ਕਿ ਲਾਈਫ ਜਿਹੜੀ ਹੈ ਨਹੀਂ ਹੈ ਯੂਨੀਵਰਸ 'ਚ ਮਿਲੀਅਨ ਮਿਲੀਅਨ ਲਾਈਵਸ ਹੈ ਇਹ ਸਾਇੰਟੀਫਿਕਲੀ ਪੇਪਰ ਪਬਲਿਸ਼ ਹੋਇਆ ਹੋਇਆ ਤਾਂ ਹੁਣ ਦੇ ਗੁਰਬਾਣੀ 'ਚ ਕਿਹਾ ਹੋਇਆ ਸੀ ਇਹ ਤਾਂ ਸਾਰੇ ਬੱਚੇ ਬੱਚੇ ਨੂੰ ਪਤਾ ਇਸ ਦਾ ਕਿ ਪਤਾ ਲਾਂ ਪਤਾ ਲੱਖ ਹੈਗਾ ਸਾਂਗਾ ਔੜਕ ਔੜਕ ਪਾਲ ਸਕੀ ਵੇਦ ਕਹਿ ਨਿਕਵਾ ਕਿੱਦਾਂ ਐਡਾ ਕੁਛ ਹੈ ਐਡਾ ਕੁਛ ਹੈ ਐਡਾ ਕੁਛ ਬਸ ਜਿਵੇਂ ਮੈਂ ਤੁਹਾਨੂੰ ਪਹਿਲੀ ਸਲਾਈਡਸ ਦਿਖਾਈ ਸੀ ਜਿਹਦੇ ਲਈ ਆ ਸੀ ਸਿਰਫ ਇੱਕ ਗੱਲ ਹੀ ਕਹੋ ਕਿ ਅੰਤ ਨਾ ਪਾਰਾਵਾਰ ਨਥਿੰਗ ਟੂ ਸੇ ਕਿਉਂਕਿ ਤੁਹਾਡੇ ਕੋਲ ਸ਼ਾਇਦ ਕਲਮ ਸ਼ਾਹੀ ਸਭ ਕੁਛ ਮੁੱਕ ਜਾਣੀ ਹੈ ਤਾਂ ਹੋਰ ਵੀ ਇੱਕ ਤੁੱਕ ਨਹੀਂ ਹੈਗੀ ਆ ਗੁਰਬਾਣੀ 'ਚ ਬਹੁਤ ਜਗ੍ਹਾ ਤੁਹਾਨੂੰ ਮੈਂ ਦੱਸਿਆ ਕਿ ਆਨੰਦ 'ਚ ਆ ਕੇ ਗੁਰੂ ਸਾਹਿਬਾਨ ਨੇ ਜਦੋਂ ਬਾਣੀ ਉਚਾਰੀ ਹੋਣੀ ਹੈ ਆਟੋਮੈਟਿਕਲੀ ਉਹ ਚੀਜ਼ਾਂ ਕੋਡ ਹੋਈਆਂ ਉੱਥੇ ਕਿ ਆਹ ਤੁਸੀਂ ਪੜ੍ਹ ਰਹੇ ਹੋ ਕਿ ਕਈ ਕੋਟ ਪਾਉਣ ਪਾਣੀ ਬੇਸੰਤਰ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਅਤੇ ਇਹ ਸਾਰੇ ਸੁਖਮਨੀ ਸਾਹਿਬ ਵਿੱਚ ਆਪਾਂ ਆਮ ਪੜ੍ਹਦੇ ਹਾਂ ਜਾਂ ਸੋਚਦੇ ਘੱਟ ਹਾਂ ਬਟ ਕਿਤੇ ਕਿਤੇ ਵੈਸੇ ਸੋਚਣ ਵਾਲੀ ਚੀਜ਼ ਨਹੀਂ ਹੈ ਜੇ ਮੈਂ ਕਹਾਂ ਕਿ ਬਾਣੀ ਨੂੰ ਸੋਚਣਾ ਚਾਹੀਦਾ ਤਾਂ ਬਾਣੀ ਨੂੰ ਤਾਂ ਇੱਕ ਬਾਣੀ ਦਾ ਇੱਕ ਮੀਨ ਆਨੰਦ ਹੈ ਪਰ ਜਿਹਦੇ ਕਿਤੇ ਵਿਹਲੇ ਹੋਵੋ ਤਾਂ ਸੋਚ ਸਕਦੇ ਇਹ ਸੋਚ ਸਕਦੇ ਮਤਲਬ ਕਿ
ਸਿਹਾਰੀਆਂ ਦਾ ਮਤਲਬ, ਬਿਹਾਰੀਆਂ ਦਾ ਮਤਲਬ, ਕਈ ਵਾਰੀ ਆਪਾਂ ਉਹਦੇ 'ਚ ਪੈ ਜਾਂਦੇ, ਤਾਂ ਉਦੋਂ ਆਪਾਂ ਵਿਚਾਰ ਕਰ ਸਕਦੇ ਹਾਂ। ਤਾਂ ਅੱਗੇ ਕਿ ਇਹ ਸਿਸਟਮ ਸਾਰਾ ਬਣਿਆ ਕਿਉਂ, ਇੰਨਾ ਹਿਊਜ ਯੂਨੀਵਰਸ ਬਣ ਗਿਆ, ਕਿਵੇਂ ਬਣ ਗਿਆ ਇਹ? ਗੁਰਬਾਣੀ ਅਤੇ ਸਾਇੰਸ ਵੀ ਬਿਲਕੁਲ ਇਕਸਾਰ ਹੈ ਦੋਨੋਂ। ਇੱਥੇ ਵੀ ਗੁਰਬਾਣੀ 'ਚ ਕਿਹਾ ਕਿ ਅਰਬਾਂ ਖਰਬਾਂ ਸਾਲ ਪਹਿਲਾਂ ਕੱਖ ਵੀ ਨਹੀਂ ਸੀਗਾ, ਬੜੀਆਂ ਤੁੱਕਾਂ ਉਹਦੇ 'ਚ ਬਹੁਤ ਵਧੀਆ, ਔਰ ਮਤਲਬ ਜੇ ਟੱਚ ਕਰਦੀਆਂ ਆਤਮਾ ਨੂੰ ਉਹ ਤੁੱਕਾਂ ਤੁਸੀਂ ਪੜ੍ਹੋਗੇ, ਇਹ ਤੁਸੀਂ ਕਦੀ ਕੋਡ ਮਤਲਬ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਨਾ ਇਹਨਾਂ ਤੁੱਕਾਂ ਨੂੰ। ਇਹਦੇ ਦੱਸਿਆ ਕਿ ਉਦੋਂ ਕੁਛ ਵੀ ਨਹੀਂ ਸੀ, ਨਾ ਦਿਨ ਸੀ, ਨਾ ਰਾਤ ਸੀ, ਨਾ ਸੂਰਜ ਸੀ, ਸੁਨ ਸਮਾਧ ਲਗਾਏ ਦਾ ਉਹ ਖੁਦ ਹੀ ਸੀ, ਆਪਣੀ ਸੁਨ ਸਮਾਧ ਦੀ ਅਵਸਥਾ ਵਿੱਚ ਸੀ। ਖਾਣੀ ਨਹੀਂ ਸੀ, ਬਾਣੀ ਨਹੀਂ ਸੀ, ਪੌਣ ਨਹੀਂ ਸੀ, ਪਾਣੀ ਨਹੀਂ ਸੀ, ਉਪਤ ਕੁਛ ਪੈਦਾ ਨਹੀਂ ਸੀ ਹੁੰਦਾ, ਕੁਛ ਮਰਦਾ ਨਹੀਂ ਸੀ, ਖੰਡ ਪਾਤਾਲ ਨਹੀਂ ਸੀ, ਸਾਗਰ ਨਹੀਂ ਸੀ, ਨਦੀ ਨਹੀਂ ਸੀ, ਤੋ ਕੁਛ ਨਹੀਂ ਸੀ ਕਦੋਂ, ਅਰਬਾਂ ਨਰਬਾਂ ਮਿਲੀਅਨ ਮਿਲੀਅਨ ਈਅਰਸ ਹੈਗੋ। ਤਾਂ ਇੱਕ ਨਹੀਂ ਅੱਗੇ, ਕਿਉਂਕਿ ਜਦੋਂ ਬਾਣੀ ਤਾਂ ਕੋਈ ਸਾਇੰਸ ਨਹੀਂ ਨਾ ਹੈਗੀ, ਬਾਣੀ ਜਦੋਂ ਲਿਖੀ ਜਾਂਦੀ ਤਾਂ ਉਹ ਬੜੀ ਆਨੰਦ ਵਿੱਚ ਲਿਖੀ ਜਾਂਦੀ ਹੈ। ਤੁਸੀਂ ਹੋਰ ਇਹਦੇ ਤੁੱਕਾਂ ਦਾ ਤੁਸੀਂ ਰੈਫਰੈਂਸ ਲਓਗੇ, ਬ੍ਰਹਮਾ ਨਹੀਂ ਸੀ, ਵਿਸ਼ ਨਹੀਂ ਸੀ, ਕਿਉਂਕਿ ਬਾਣੀ ਕੋਟ ਕੀਤੀ ਜਾਂਦੀ ਹੈ ਸੁਸਾਇਟੀ ਦੇ ਨਾਲ, ਮਹੇਸ਼ ਨਹੀਂ ਸੀ, ਕੋਈ ਦੂਜਾ ਦਿਸਦਾ ਹੀ ਨਹੀਂ ਸੀ, ਕੋਈ ਨਾਰ ਨਹੀਂ ਸੀ, ਪੁਰਖ ਨਹੀਂ ਸੀ, ਸਿੱਧ ਸਾਧਕ ਕੋਈ ਨਹੀਂ ਸੀ ਹੁੰਦੇ, ਕੋਈ ਜਪ ਨਹੀਂ ਸੀ, ਤਪ ਨਹੀਂ ਸੀ, ਬੁੱਤ ਪੂਜਾ ਨਹੀਂ ਸੀ, ਦੂਜਾ ਹੈ ਹੀ ਕੁਛ ਨਹੀਂ ਸੀ। ਕਿਤਨੇ ਦੇਖੋ ਇਹ ਇੱਕ ਨਹੀਂ, ਮਤਲਬ ਜੋ ਵਿਚਰਦਾ ਦੁਨੀਆ ਦੇ ਵਿੱਚ ਆਪਾਂ ਲੋਕ ਦੇਖਦੇ ਹਾਂ, ਗੁਰਬਾਣੀ ਸਾਰੇ ਚੀਜ਼ਾਂ ਨੂੰ ਕੋਡ ਕਰਦੀ। ਉਦੋਂ ਕੋਈ ਕਰਮ ਨਹੀਂ ਸੀ, ਧਰਮ ਨਹੀਂ ਸੀ, ਜਾਤ ਜਨਮ ਨਹੀਂ ਸੀ, ਜਾਤਾਂ 'ਚ ਫਸੇ। ਵੈਸੇ ਮੈਂ ਵੀ ਵੇਲੀ ਜਦੋਂ ਹੋਸ਼ ਸੰਭਾਲਿਆ ਤਾਂ ਬਾਅਦ 'ਚ ਪਤਾ ਲੱਗਿਆ ਕਿ ਜਾਤ ਨਹੀਂ ਹੋਣੀ ਚਾਹੀਦੀ, ਪਰ ਉਹ ਇੱਕ ਪਹਿਚਾਣ ਬਣ ਚੁੱਕੀ ਸੀ, ਮੈਂ ਹਟਾ ਨਹੀਂ ਸੀ ਸਕਿਆ। ਬਟ ਪਰਮਾਤਮਾ ਦੇ ਦਰ ਦੇ ਉੱਤੇ ਕੋਈ ਜਾਤ ਜਨਮ ਤਾਂ ਜਾਤ ਤਾਂ ਹੁੰਦੀ ਵੀ ਨਹੀਂ, ਵੈਸੇ ਜਾਤ ਜਨਮ ਨਹੀਂ ਸੀ, ਤਾਂ ਕੋਈ ਜਿੱਥੋਂ ਜੀਵਨ ਬਣਦਾ ਉਹ ਕੁਛ ਨਹੀਂ ਸੀ, ਕੋਈ ਗੋਰਖ ਵਰਗੇ ਗਿਆਨੀ ਬੰਦੇ ਵੀ ਨਹੀਂ ਸੀ, ਤਾਂ ਨਥਿੰਗ, ਦ ਯੂਨੀਵਰਸ ਵਾਸ ਟੋਟਲੀ ਐਮਟੀ, ਕੁਛ ਨਹੀਂ ਸੀ। ਹੈ ਕੌਣ ਸੀ? ਖੁਦ, ਔਰ ਉਹ ਸੁਨ ਸਮਾਧ ਵਿੱਚ ਸੀ, ਔਰ ਪਤਾ ਨਹੀਂ ਕਿੰਨੀ ਬਿਲੀਅਨ ਟ੍ਰਿਲੀਅਨ ਈਅਰਸ, ਨੋਬਡੀ ਹੈ, ਉਹ ਦੱਸ ਵੀ ਨਹੀਂ ਸਕਦਾ ਬੰਦਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਦਿਮਾਗ ਨਹੀਂ ਦੱਸ ਸਕਦਾ। ਇਤਨੇ ਟਾਈਮ ਤੱਕ ਸੁਨ ਸਮਾਧ ਵਾਲੀ ਅਵਸਥਾ ਬਣੀ ਰਹੀ, ਤੋ ਅੱਗੇ ਵੀ ਅਜੇ ਚੱਲ ਰਹੀ ਗੁਰਬਾਣੀ ਕਿ ਮੁੱਲਾ ਨਾ ਕਾਜੀ ਕੁਛ ਨਹੀਂ ਸੀ, ਬੇਦ ਕਦੇਵ ਨਹੀਂ ਸੀ ਹੁੰਦੇ, ਪਾਠ ਪੁਰਾਣ ਨਹੀਂ ਸੀ ਹੁੰਦੇ, ਤਾਂ ਹੁਣ ਫਿਰ ਕੀ ਹੋਇਆ? ਤਾਂ ਸਾਇੰਸ ਮੁਤਾਬਿਕ ਕੀ ਹੋਇਆ ਕਿ ਅੱਜ ਤੋਂ ਕੋਈ 13.7 billion years ਐਗੋ ਗੁਰੂ ਸਾਇੰਸ ਕਹਿੰਦੀ ਇੱਕ ਨਾ ਬੈਂਗ ਹੋਇਆ, ਜਿਹਨੂੰ ਬਿਗ ਬੈਂਗ ਕਹਿੰਦੇ ਸਾਇੰਸ। ਪਤਾ ਕੀ ਕਹਿੰਦੀ ਸਾਇੰਸ ਵੀ ਇਸ, ਜੋ ਜਿੱਦਾਂ ਗੁਰਬਾਣੀ 'ਚ ਕਿਹਾ ਉਦੋਂ ਕੁਛ ਨਹੀਂ ਸੀ, ਸਾਇੰਸ ਕਹਿੰਦੀ ਉਦੋਂ ਜੋ ਕੁਛ ਸੀ ਇੱਕ ਪੁਆਇੰਟ ਦੇ ਉੱਤੇ ਕੰਸਨਟਰੇਟ ਸੀ, ਔਰ ਉਹ ਉਸ ਸਟੇਜ 'ਤੇ ਆ ਕੇ ਮੈਥਮੈਟਿਕਸ ਦੇ ਰੂਲ, ਭੌਤਿਕ ਵਿਗਿਆਨ ਸਾਰੇ ਬ੍ਰੇਕਡਾਊਨ ਹੋ ਜਾਂਦੇ, ਕਿਉਂਕਿ ਇਨਫਾਈਨਾਈਟ ਨੂੰ ਮੈਥ ਡੀਲ ਨਹੀਂ ਕਰ ਸਕਦਾ ਹੁੰਦਾ, ਕਿਉਂਕਿ ਮੈਥਮੈਟੀਕਲ ਮਾਡਲਸ ਤੋਂ ਹੀ ਸਾਇੰਸ ਸ਼ੁਰੂ ਹੁੰਦੀ ਹੈ। ਜੇ ਮੈਥ ਦਾ ਮਾਡਲ ਜਿੱਥੇ ਆ ਕੇ ਖਤਮ ਹੋ ਗਿਆ,
ਉੱਥੋਂ ਸਾਇੰਸ ਕੁਛ ਨਹੀਂ ਦੱਸ ਸਕੇਗੀ। ਤਾਂ ਸਾਇੰਸ ਕਹਿੰਦੀ ਕਿ ਉਹ ਇੱਕ ਸੀ ਇੱਕ ਪੁਆਇੰਟ, ਜਿਹੜਾ ਇੱਕ ਪੁਆਇੰਟ ਹੀ ਉਹ ਇਨਫਾਈਨਾਈਟ ਸੀ ਔਰ ਉੱਥੇ ਸਭ ਕੁਝ ਕੰਸਨਟ੍ਰੇਟ ਸੀ ਯੂਨੀਵਰਸ ਦੇ ਸ਼ੁਰੂ ਹੋਣ ਤੋਂ ਪਹਿਲਾਂ। ਕਹਿੰਦੇ ਫਿਰ 13.7 billion ਯੀਅਰ ਅਗੋ ਇੱਕ ਬੈਂਗ ਹੋਇਆ ਜਿਹਨੂੰ ਬਿਗ ਬੈਂਗ ਕਹਿੰਦੇ, ਔਰ ਕਹਿੰਦੇ ਜਦੋਂ ਬੈਂਗ ਹੋਇਆ ਉਸ ਤੋਂ ਬਾਅਦ ਕ੍ਰੀਏਸ਼ਨ ਸ਼ੁਰੂ ਹੋ ਗਈ। ਉਸ ਤੋਂ ਬਾਅਦ ਕ੍ਰੀਏਸ਼ਨ ਇੰਨੀ ਸ਼ੁਰੂ ਹੋਈ, ਆਹ ਗ੍ਰਾਫ ਜਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਐਟ ਦ ਬੋਟਮ ਇਹ ਜਗ੍ਹਾ 'ਤੇ, ਇੱਥੇ ਤਾਂ ਇੱਥੋਂ ਸ਼ੁਰੂ ਹੋਇਆ ਇਹ ਬੈਂਗ। ਬੈਂਗ ਸ਼ੁਰੂ ਹੋਇਆ, ਉਸ ਤੋਂ ਬਾਅਦ ਗਲੈਕਸਿਸ ਬਣਨੀਆਂ ਸ਼ੁਰੂ ਹੋਈਆਂ। ਗਲੈਕਸਿਸ ਪਤਾ ਤੁਸੀਂ ਸ਼ਾਇਦ ਹੈਰਾਨ ਹੋਵੋਗੇ, ਹੁਣ ਤੱਕ ਬਣਦੀਆਂ ਚੱਲੀਆਂ ਜਾ ਰਹੀ ਹੁਣ ਤੱਕ। ਔਰ ਤੁਸੀਂ ਸਾਇੰਸ ਵਿੱਚ ਜੇ ਕਿਤੇ ਪੜ੍ਹੋਗੇ ਕਿ ਯੂਨੀਵਰਸ ਇਜ਼ ਐਕਸਪੈਂਡਿੰਗ, ਜੇ ਕਿਤੇ ਤੁਸੀਂ ਉਹਦੇ ਨੈੱਟ 'ਤੇ ਜਾ ਕੇ ਵਰਡਸ ਯੂਨੀਵਰਸ ਇਜ਼ ਐਕਸਪੈਂਡਿੰਗ, ਵੋਟ ਇਟ ਮੀਨ ਐਕਸਪੈਂਡਿੰਗ ਮੀਨ ਕਿ ਅੱਜ ਦਾ ਗ੍ਰਾਫ ਸ਼ੋ ਕਰਿਆ ਕਿ ਤੁਸੀਂ ਗਲੈਕਸਿਸ ਨੂੰ ਇਹ ਮੰਨ ਲਓ ਕਿ ਇੱਕ ਉਹ ਪਲੇਨ ਦੇ ਉੱਤੇ ਹੈ ਔਰ ਉਹ ਪਲੇਨ ਫੈਲਦਾ ਚਲਾ ਜਾ ਰਿਹਾ ਔਰ ਮਿਲੀਅਨ ਟ੍ਰਿਲੀਅਨ ਗਲੈਕਸਿਸ ਬਣੀ ਜਾ ਰਹੀਆਂ, ਫੈਲੀ ਜਾ ਰਹੀਆਂ। ਕਿੱਥੋਂ? ਫਰੋਮ ਨਥਿੰਗ, ਨਥਿੰਗ ਫਰੋਮ ਨਥਿੰਗ ਦੇਰ ਇਜ਼ ਐਵਰੀਥਿੰਗ। ਤਾਂ ਗੁਰਬਾਣੀ 'ਚ ਪਤਾ ਕੀ ਕਿਹਾ ਹੈ, ਕਿਤਾ ਪਸਾਓ ਇੱਕ ਕੁਆਓ, ਵਟ ਇਜ਼ ਕੁਆਓ? ਦੈਟਸ ਅ ਬੈਂਗ। ਕਿਤਾ ਪਸਾਓ ਮੀਨ ਕਿ ਸਾਰਾ ਪਸਾਰ ਹੋ ਗਿਆ ਇੱਕ ਕੁਆਓ ਦੇ ਨਾਲ, ਕਿਉਂਕਿ ਕੁਆਓ ਸਾਇੰਸ ਵੀ ਨਹੀਂ ਦੱਸ ਸਕਦੀ ਬੈਂਗ ਨੂੰ ਕਿ ਬੈਂਗ। ਇਹ ਨਹੀਂ ਹੈਗਾ ਕਿ ਜਦੋਂ ਅਸੀਂ ਦੀਵਾਲੀ ਦੇ ਉੱਤੇ ਜਾਂ ਕਿਸੇ ਖੁਸ਼ੀ ਦੇ ਉੱਤੇ ਪਟਾਕੇ ਵਜਾਉਣੇ ਸ਼ੁਰੂ ਕਰ ਦਿੰਦੇ, ਈਵਨ ਉਹ ਵੀ ਬੈਂਗ ਸਾਨੂੰ ਅਦਰਵਾਈਜ਼ ਚੰਗੇ ਨਹੀਂ ਲੱਗਦੇ।